ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸੀਏਏ ਨਾਗਰਿਕਤਾ ਸੋਧ ਕਾਨੂੰਨ ਤੇ ਦੇਸ਼ ਭਰ ਵਿੱਚ ਮੁਜ਼ਾਹਰੇ ਹੋ ਰਿਹਾ ਤੇ ਇਹਨਾਂ ਮੁਜ਼ਾਹਰਿਆਂ ਦੇ ਵਿਚਾਲੇ ਹਿੰਸਾ ਵੀ ਹੋ ਰਹੀ ਆ ਤੇ ਉਸ ਹਿੰਸਾ ਦੇ ਲਈ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਸ਼ਾਂਤੀ ਰੱਖੀ ਜਾਵੇ, ਸ਼ਾਂਤੀ ਬਣਾਈ ਰੱਖੀ ਜਾਵੇ। ਗ੍ਰਹਿ ਮੰਤਰਾਲਾ ਚੌਕਸ ਹੋਇਆ ਪਿਆ, ਗ੍ਰਹਿ ਮੰਤਰਾਲੇ ਨੂੰ ਵੀ ਪਤਾ ਹੈਗਾ ਕਿ ਇਹ ਦੇਸ਼ ਦੇ ਭਵਿੱਖ ਦੇ ਲਈ ਚੰਗਾ ਨਹੀਂ ਹੈਗਾ ਇਹੋ ਜਿਹੇ ਮੁਜ਼ਾਹਰੇ। ਇਹ ਸਭ ਦੇ ਵਿਚਾਲੇ ਪੰਜਾਬ ਭਰ ਵਿੱਚ ਵੀ ਰੋਸ ਮੁਜ਼ਾਹਰੇ ਹੋ ਰਹੇ ਆ, ਪਰ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਸ਼ਾਂਤੀਪੂਰਵਕ ਹੋ ਰਹੇ ਆ। ਪੰਜਾਬ ਤੋਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਕਿ ਸ਼ਾਂਤੀਪੂਰਵਕ ਰੋਸ ਮੁਜ਼ਾਹਰੇ ਕਰਨੇ ਚਾਹੀਦੇ, ਜੇ ਵਿਰੋਧ ਹੈਗਾ ਵੀ ਆ ਤਾਂ ਵਿਰੋਧ ਦੀ ਆਵਾਜ਼ ਕਿਵੇਂ ਚੱਕਣੀ ਚਾਹੀਦੀ ਹੈਗੀ ਆ। ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸ਼ਾਂਤੀ ਵਾਲੇ ਮੁਜ਼ਾਹਰਿਆਂ ਤੋਂ ਕੌਣ ਕੀ ਸਿੱਖੇਗਾ, ਅਤੇ ਸਵਾਲ ਇਹ ਹੋਵੇਗਾ ਸੀਏਏ ਤੇ ਚਾਹੁੰਦਾ ਕੀ ਆ ਪੰਜਾਬ। ਅੱਠ ਤਸਵੀਰਾਂ ਨਾਲ ਆਗਾਜ਼ ਕਰਾਂਗੇ ਇਸ ਪ੍ਰੋਗਰਾਮ ਦਾ। ਅੱਠ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਫਰੀਦਕੋਟ। ਪਹਿਲੀਆਂ ਚਾਰ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ, ਤਿੰਨ ਯੂਨੀਵਰਸਿਟੀ ਦੀਆਂ ਤਸਵੀਰਾਂ ਹੈਗੀਆਂ ਅਤੇ ਚੌਥੀ ਤਸਵੀਰ ਜਿਹੜੀ ਫਰੀਦਕੋਟ ਦੇ ਵਿੱਚ ਮੁਜ਼ਾਹਰੇ ਹੋਏ ਆ, ਉਹਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਉਹਨਾਂ ਨੂੰ ਸਾਥ ਮਿਲਿਆ। ਇਹ ਤਿੰਨ ਪ੍ਰਦਰਸ਼ਨਾਂ ਦੇ ਵਿੱਚ ਸੱਥ ਦੀ ਭੂਮਿਕਾ ਜਿਹੜੀ ਸਟੂਡੈਂਟ ਔਰਗਨਾਈਜੇਸ਼ਨ ਉਹਨਾਂ ਦੀ ਬਹੁਤ ਭੂਮਿਕਾ ਅਹਿਮ ਰਹੀ ਆ ਅਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ। ਥੜੀਆਂ ਚਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਮਲੇਰਕੋਟਲਾ, ਬਰਨਾਲਾ, ਚੰਡੀਗੜ੍ਹ ਅਤੇ ਫਤਿਹਗੜ੍ਹ ਸਾਹਿਬ। ਮਲੇਰਕੋਟਲਾ ਦੇ ਵਿੱਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਮੌਜੂਦਗੀ 'ਚ ਮੁਜ਼ਾਹਰਾ ਹੋਇਆ ਅਤੇ ਬਰਨਾਲਾ ਦੇ ਵਿੱਚ CPI ਨੇ ਮੁਜ਼ਾਹਰਾ ਕੀਤਾ ਅਤੇ ਚੰਡੀਗੜ੍ਹ ਦੇ ਵਿੱਚ ਮੁਸਲਿਮ ਜਥੇਬੰਦੀਆਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀਆਂ। ਸਿੱਖ ਬੁੱਧੀਜੀਵੀਆਂ ਦਾ ਇੱਥੇ ਉਹਨਾਂ ਨੂੰ ਸਾਥ ਮਿਲ ਗਿਆ, ਇੱਥੇ ਵੀ ਰੋਸ ਪ੍ਰਦਰਸ਼ਨ ਹੋਇਆ। ਅਤੇ ਆਖਰੀ ਤਸਵੀਰ ਤੁਸੀਂ ਦੇਖ ਰਹੇ ਹੋ, ਮੁਸਲਿਮ ਭਾਈਚਾਰੇ ਦਾ ਮੁਜ਼ਾਹਰਾ ਫਤਿਹਗੜ੍ਹ ਸਾਹਿਬ ਵਿੱਚ ਵੀ ਹੋਇਆ। ਇਹ ਸਾਰੀਆਂ ਤਸਵੀਰਾਂ ਇਹ ਪੁੱਛ ਰਹੀਆਂ ਕਿ CAA ਖਿਲਾਫ਼ ਪੰਜਾਬ ਸੜਕਾਂ 'ਤੇ ਹੈਗਾ, ਪਰ ਸੜਕਾਂ ਤੋਂ ਸੁਨੇਹਾ ਇੱਕ ਦੇਣ ਦੀ ਕੋਸ਼ਿਸ਼ ਹੈਗੀ ਆ, ਪੰਜਾਬ ਵਿੱਚੋਂ ਸ਼ਾਂਤੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈਗਾ। ਹੁਣ ਸਵਾਲ ਇਹ ਵੀ ਪੁੱਛਿਆ ਜਾਵੇਗਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਹੈਗੀ ਹੈ, ਇਸ ਲਈ ਇੱਥੇ ਸ਼ਾਂਤੀ ਹੈਗੀ ਹੈ, ਪਰ ਜਿੱਥੇ ਕਾਂਗਰਸ ਸਰਕਾਰ ਹੈਗੀ ਹੈ ਉੱਥੇ ਵੀ ਹੁਣ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਪੈ ਰਹੀ ਹੈ ਕੀ ਹੈ। ਜਿਹੜਾ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਕਿ ਜਿਹੜੇ ਭਾਜਪਾ ਸ਼ਾਸਿਤ ਸੂਬੇ ਹੈ ਕਿ ਉਹਨਾਂ ਵਿੱਚ ਰੋਸ ਮਜਾ ਰਿਹਾ, ਹਿੰਸਕ ਹੋ ਰਿਹਾ, ਉਹਨਾਂ ਸਵਾਲਾਂ ਦੇ ਵਿਚਾਲੇ ਪੰਜਾਬ ਇੱਕ ਸਵਾਲ ਖੜਾ ਕਰ ਰਿਹਾ ਕਿ ਪੰਜਾਬ ਤੋਂ ਕੋਈ ਸੁਨੇਹਾ ਤਾਂ ਲੈ ਲਓ, ਪੰਜਾਬ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ। ਅਤੇ ਅਸੀਂ ਉਮੀਦ ਕਰਦੇ ਹਾਂ ਪੰਜਾਬ ਵਿੱਚ ਇਵੇਂ ਹੀ ਸ਼ਾਂਤੀਪੂਰਵਕ ਰੋਸ ਮਜਾਰੇ ਹੋਣਗੇ, ਇਹਨਾਂ ਵਿੱਚ ਕੋਈ ਹਿੰਸਕ ਕਾਰਵਾਈ ਨਹੀਂ ਹੋਵੇਗੀ। ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ, ਨਾਗਰਿਕਤਾ ਸੋਧ ਕਾਨੂੰਨ ਅਤੇ ਸਰਹੱਦੀ ਸੂਬੇ ਪੰਜਾਬ ਦਾ ਸੁਨੇਹਾ ਕੌਣ ਸੁਣੇਗਾ। ਇਸ ਸਵਾਲ 'ਤੇ ਅਸੀਂ ਡਿਬੇਟ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਮਨੀਤ ਸਿੰਘ ਮਾਂਗੜ ਕਾਂਗਰਸ ਦੇ ਬੁਲਾ ਰਹੇ ਆ, ਗੁਰਮਨੀਤ ਮਾਂਗੜ ਤੁਹਾਡਾ ਬਹੁਤ ਸਵਾਗਤ ਹੈ। ਸੁਖਵਿੰਦਰ ਸਿੰਘ ਸੱਥ ਦੇ ਨੁਮਾਇੰਦੇ ਆ ਅਤੇ ਸੱਥ ਨੇ ਹੀ ਯੂਨੀਵਰਸਿਟੀ ਦੇ ਵਿੱਚ ਮੁਜ਼ਾਹਰੇ ਕੀਤੇ ਹੈਗੇ, ਰੋਸ ਮੁਜ਼ਾਹਰੇ ਕੀਤੇ ਹੈਗੇ। ਸੁਖਵਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਚਰਨਜੀਤ ਸਿੰਘ ਬਰਾੜ ਤੁਹਾਨੂੰ ਕਰਨਾ ਚਾਹੁੰਦਾ। ਚਰਨਜੀਤ ਸਿੰਘ ਬਰਾੜ, ਪੰਜਾਬ ਦਾ ਸੁਨੇਹਾ ਕੌਣ ਸੁਣੇਗਾ? ਦੇਖੋ, ਮੈਂ ਇੱਕ ਬੇਨਤੀ ਕਰਦੇ ਹਾਂ ਕਿ ਪੰਜਾਬ ਜਿਹੜਾ ਸੀਗਾ ਉਹ ਸ਼ੁਰੂ ਤੋਂ ਲਾ ਕੇ ਅਖੀਰ ਤੱਕ ਜਿਹੜਾ ਹੈਗਾ ਅੱਜ ਤੱਕ ਹਮੇਸ਼ਾ ਜਿਹੜਾ ਆਪਦਾ ਸੁਨੇਹਾ ਛੱਡਦਾ ਰਿਹਾ ਔਰ ਛੱਡਦਾ ਰਹੇਗਾ। ਇੱਕ ਮੈਂ ਬੇਨਤੀ ਕਰਦਾ, ਇੱਕ ਗੱਲ। ਦੂਜੀ ਮੈਂ ਬੇਨਤੀ ਇਹ ਕਰਦਾ ਕਿ ਪੰਜਾਬ ਦੇ ਵਿੱਚ ਮੈਨੂੰ ਹਾਲੇ ਤੀਕ ਜਾਣਕਾਰੀ ਨਹੀਂ ਹੈ, ਮੈਂ ਕਈ ਜਗ੍ਹਾ ਪੁੱਛਿਆ ਵੀ ਹੈ। ਪੰਜਾਬ ਦੇ ਵਿੱਚ ਮੇਰੇ ਖਿਆਲ ਕੋਈ ਸ਼ਾਇਦ ਬਹੁਤੇ ਕੋਈ ਕੇਸ ਇਸ ਤਲਕ ਨਾਲ ਹੈ ਵੀ ਨਹੀਂ ਹੈ ਜਿਹਦੇ ਕਰਕੇ ਹੋ ਰਿਹਾ। ਵੱਡੀ ਗੱਲ ਜਿਹੜੀ ਸਭ ਤੋਂ ਇੱਕ ਹੈਗੀ ਹੈ ਕਿ ਸਾਡੇ ਗੁਰੂ ਸਾਹਿਬ ਦੇ ਫਲਸਫੇ ਦੇ ਜਿਹੜੀ ਇੱਥੇ ਉਲਟ ਜਾਂਦੀ ਦਿਸਦੀ ਹੈ ਥੋੜ੍ਹੀ ਬਹੁਤੀ, ਉਸ ਗੱਲ 'ਤੇ ਹੈਗੀ ਜਦੋਂ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਲੋਕ ਸਭਾ ਦੇ ਵਿੱਚ ਬਿੱਲ 'ਤੇ ਬਹਿਸ 'ਚ ਹਿੱਸਾ ਲਿਆ ਸੀ, ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਜੇ ਬਾਕੀ ਬਰਾਦਰੀਆਂ ਵੀ ਜੋੜ ਲਈਆਂ ਜਾਂਦੀਆਂ, ਜਿਹਦੇ 'ਚ ਖਾਸ ਕਰਕੇ ਮੁਸਲਮਾਨ ਭਾਈਚਾਰੇ ਦੀ ਗੱਲ ਹੈ, ਤਾਂ ਉਹ ਚੰਗੀ ਗੱਲ ਸੀ। ਤਾਂ ਉਹ ਠੀਕ ਹੈ, ਉਹ ਨਹੀਂ ਮੰਨੀ ਗਈ। ਪਰ ਜਿਹੜੀ ਉੱਥੇ ਜਿਵੇਂ ਅਗਲਾ ਸਵਾਲ ਤੁਹਾਡਾ ਇਹ ਵੀ ਹੋਏਗਾ ਵੀ ਤੁਸੀਂ ਵੋਟ ਬਿੱਲ ਦੇ ਹੱਕ 'ਚ ਪਾਈ ਹੈ, ਤਾਂ ਉਹਦਾ ਕਾਰਨ ਇੱਕੋ ਹੀ ਹੈ ਕਿ ਅਸੀਂ 25-30 ਸਾਲ ਤੋਂ, ਘੱਟੋ ਘੱਟ 30-32 ਸਾਲ ਤੋਂ ਜਿੰਨੇ ਵੀ ਅਫਗਾਨਿਸਤਾਨ ਤੋਂ ਸਿੱਖ ਭਾਈਚਾਰੇ ਦੇ ਲੋਕ ਆਏ ਸੀ ਜਾਂ ਕੁਛ ਹਿੰਦੂ ਭਾਈਚਾਰੇ ਦੇ ਲੋਕ ਜਿਹੜੇ ਸਾਡੇ ਤੀਕਰ ਪਹੁੰਚ ਕਰਦੇ ਸੀਗੇ, ਉਹਨਾਂ ਦੀ ਲੜਾਈ ਸ਼ੁਰੂ ਤੋਂ ਲੜਦੇ ਆ ਰਹੇ ਸੀ, ਕਿਸੇ ਵੀ ਖਿੱਤੇ ਦੇ ਤਰੀਕੇ ਨਾਲ ਲੜਦੇ ਰਹੇ, ਭਾਵੇਂ ਪਾਰਟੀ ਦੇ ਤੌਰ 'ਤੇ ਲੜਨੀ ਪਈ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ, ਅਸੀਂ ਉਹਨੂੰ ਲੜਦੇ ਆ ਰਹੇ ਸੀ। ਤਾਂ ਉਹ ਸਮਝ ਲਓ ਉਹਨਾਂ ਦੀ ਘੱਟੋ ਘੱਟ ਮੰਗ ਪੂਰੀ ਹੋ ਰਹੀ ਸੀ, ਤਾਂ ਇਸ ਕਰਕੇ ਅਸੀਂ ਉੱਥੇ ਬਿੱਲ ਜਿਹੜਾ ਸੀਗਾ ਉਹਨੂੰ ਪ੍ਰਵਾਨਗੀ ਦੇ ਲਈ। ਤੁਸੀਂ ਮੇਰਾ ਸਵਾਲ ਤੁਸੀਂ ਸਮਝ ਲਿਆ ਕਿ ਮੇਰਾ ਸਵਾਲ ਅਗਲਾ ਕੀ ਹੋਊਗਾ, ਪਰ ਤੁਹਾਡੇ ਵਿਰੋਧੀ ਇਹ ਕਹਿ ਰਹੇ ਆ ਕਿ ਹੁਣ ਅਕਾਲੀ ਦਲ ਮਗਰਮੱਛ ਦੇ ਹੰਝੂ ਵਹਾ ਰਿਹਾ। ਦੇਖੋ, ਇੱਕ ਗੱਲ ਮੇਰੀ ਬੇਨਤੀ ਹੈ ਕਿ ਜਿਹੜਾ ਜੇ ਆਪਾਂ ਵਿਰੋਧੀ ਕਿਹਨੂੰ ਕਹਿ ਲਈਏ, ਮੈਂ ਇੱਕ ਬੇਨਤੀ ਕਰਦਿਆਂ, ਪਹਿਲੀ ਗੱਲ ਤਾਂ ਇਹ ਹੈਗਾ ਕਿ ਜਿਹੜੇ ਇਸਲਾਮਿਕ ਮੁਲਕ ਹੈ ਤਿੰਨੇ, ਉੱਥੇ ਇਸਲਾਮਿਕ ਮੁਲਕਾਂ ਦੇ ਵਿੱਚ ਘੱਟ ਗਿਣਤੀਆਂ 'ਤੇ ਹੀ ਅੱਤਿਆਚਾਰ ਹੁੰਦੇ ਆ, ਔਰ ਘੱਟ ਗਿਣਤੀਆਂ 'ਤੇ ਅੱਤਿਆਚਾਰ ਹੋਣ ਦੇ ਕਰਕੇ ਹੀ ਉਹ ਲੋਕ ਆਪਦੇ ਧਰਮ ਨੂੰ ਬਚਾਉਣ ਦੇ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ ਜਿਹੜੇ ਸੀਗੇ ਉਹ ਇੱਥੇ ਆਏ ਆ।
ਔਰ ਸਮੇਂ ਸਮੇਂ 'ਤੇ ਜਦੋਂ ਵੰਡ ਹੋਈ ਉਦੋਂ ਵੀ ਦੋਨਾਂ ਮੁਲਕਾਂ 'ਚ ਟ੍ਰੇਟੀ ਹੋਈ ਕਿ ਜਿਹੜੀਆਂ ਘੱਟ ਗਿਣਤੀਆਂ ਦੋਨੋਂ ਮੁਲਕ ਪਾਬੰਦ ਰਹਿਣਗੇ ਉਹਨਾਂ ਨੂੰ ਦੇਣ ਦੇ ਲਈ। ਮਹਾਤਮਾ ਗਾਂਧੀ ਸਾਹਿਬ ਨੇ ਵੀ ਸਤੰਬਰ 1947 'ਚ ਐਲਾਨ ਕੀਤਾ ਕਿ ਜਿਹੜੇ ਉੱਧਰ ਲੋਕ ਰਹਿ ਗਏ ਹੈ ਉਹ ਜਦੋਂ ਇੱਧਰ ਆਉਂਦੇ ਆ ਤਾਂ ਉਹਨਾਂ ਨੂੰ ਮਤਲਬ ਇੱਥੇ ਸ਼ਰਨ ਜਿਹੜੀ ਆ ਦਿੱਤੀ ਜਾਊਗੀ। ਇਸੇ ਤਰ੍ਹਾਂ ਕਾਂਗਰਸ ਦੀ ਉਸ ਵੇਲੇ ਦੀ, ਕਿਉਂਕਿ ਕਾਂਗਰਸ ਹੀ ਮੇਨ ਪਾਰਟੀ ਸੀ, ਕਾਂਗਰਸ ਦੀ ਕਾਰਜਕਾਰਨੀ ਨੇ ਕਾਰਜਕਾਰਨੀ ਜਿਹੜੀ ਹੁੰਦੀ ਆ ਉਹਨੇ ਵੀ ਮਤਾ ਪਾਸ ਕੀਤਾ ਕਿ ਜਿਹੜੇ ਘੱਟ ਗਿਣਤੀ 'ਚ ਹੈ ਉਹਦੇ 'ਚ ਬਕਾਇਦਾ ਆਹੀ ਜ਼ਾਤ ਧਰਮ ਜਿਹੜੀਆਂ ਹੈਗੀਆਂ ਇਹ ਡਿਫਾਈਨ ਕੀਤੀਆਂ ਗਈਆਂ ਸੀ ਕਿ ਇਹਨਾਂ ਦੇ ਜੇ ਕੋਈ ਉਧਰੋਂ ਆਉਂਦੇ ਆ ਤਾਂ ਇਹਨਾਂ ਨੂੰ ਇੱਥੇ ਵਸਾਇਆ ਜਾਊਗਾ। ਔਰ ਯਾਦ ਕਰਾਵਾਂ ਮੈਂ 1971 ਦੇ ਵਿੱਚ ਜਦੋਂ ਜੰਗ ਤੋਂ ਬਾਅਦ ਜਿੰਨੇ ਹਿੰਦੂ ਜਾਂ ਹੋਰ ਵੀ ਕੋਈ ਜਿਹੜੀਆਂ ਘੱਟ ਗਿਣਤੀ ਲੋਕ ਆਏ ਸੀ ਉਦੋਂ ਮੈਡਮ ਇੰਦਰਾ ਗਾਂਧੀ ਨੇ ਵੀ ਉਹਨਾਂ ਨੂੰ ਸ਼ਰਨ ਦਿੱਤੀ ਸੀ ਔਰ ਵਸਾਇਆ ਸੀ ਇੱਥੇ। ਇਸ ਕਰਕੇ ਇਹ ਮੇਰਾ ਸ਼ਰਨ ਦੇਣੀ ਗੱਲ ਹੋਰ ਹੈ ਜੋ ਬਰਾੜ ਸਾਹਿਬ ਜੋ ਨਾਗਰਿਕਤਾ ਦਿੱਤੀ ਨਹੀਂ, ਠੀਕ ਹੈ ਬਰਾੜ ਸਾਹਿਬ ਜੋ ਠੀਕ ਹੈ ਨਾਗਰਿਕਤਾ ਦਿੱਤੀ ਹੈ ਬਰਾੜ ਸਾਹਿਬ। ਸਵਾਲ ਇਹ ਹੈਗਾ ਜਿਹੜੀ ਧਰਮ ਆਧਾਰਿਤ ਕਾਨੂੰਨ ਹੈਗਾ ਤੁਸੀਂ ਉਹਦੀ ਸਪੋਰਟ ਕਰਦੇ ਹੋ ਪੱਕੇ ਤੌਰ 'ਤੇ, ਇਹਦਾ ਮਤਲਬ ਇਹ ਹੈ? ਨਹੀਂ, ਮੈਂ ਫਿਰ ਜੇ ਕਿਤੇ ਤੁਸੀਂ ਸਾਡੇ ਪ੍ਰਧਾਨ ਸਾਹਿਬ ਦਾ ਪੂਰਾ ਭਾਸ਼ਣ ਸੁਣਿਆ ਹੋਵੇ, ਉਹਨਾਂ ਨੇ ਬਿੱਲ ਦੀ ਹਮਾਇਤ ਤਾਂ ਕੀਤੀ ਕਿਉਂਕਿ ਅਸੀਂ 30 ਸਾਲ ਤੋਂ ਉਹਦੇ ਪਿੱਛੇ ਲੜਾਈ ਕਰਦੇ ਆ ਰਹੇ ਸੀ ਘੱਟ ਗਿਣਤੀਆਂ ਦੀ। ਇੱਕ ਪਰ ਜਿੱਥੇ ਆ ਗਈ ਗੱਲ, ਕਿਉਂਕਿ ਇਸਲਾਮਿਕ ਮੁਲਕਾਂ 'ਚ ਘੱਟ ਗਿਣਤੀਆਂ 'ਤੇ ਕਿੰਨਾ ਕੁ ਅੱਤਿਆਚਾਰ ਹੁੰਦਾ ਇਹਦੇ 'ਚ ਮੈਂ ਜਾਣਾ ਨਹੀਂ ਚਾਹੁੰਦਾ, ਪਰ ਅਸੀਂ ਉੱਥੇ ਵੀ ਇਹ ਗੱਲ ਖੜ੍ਹੇ ਹੋ ਕੇ ਕਹੀ ਸੀ ਕਿ ਘੱਟੋ ਘੱਟ ਜਿਹੜਾ ਮੁਸਲਿਮ ਬਰਾਦਰੀ ਹੈ ਸਾਡਾ ਭਾਈਚਾਰਾ ਹੈ ਇਹਨਾਂ ਨੂੰ ਵੀ ਐਡ ਕਰ ਲਿਆ ਜਾਂਦਾ ਤਾਂ ਮੇਰਾ ਖਿਆਲ ਹੈ ਕੋਈ ਮਾੜੀ ਗੱਲ ਨਹੀਂ ਸੀ, ਕਰਨਾ ਚਾਹੀਦਾ ਸੀ, ਉਦੋਂ ਵੀ ਮੰਗ ਕੀਤੀ ਸੀ, ਅੱਜ ਵੀ ਕਰ ਰਹੇ ਹਾਂ। ਅੱਛਾ, ਗੁਰਮੀਤ ਸਿੰਘ ਮੰਗੜ। ਹਾਂਜੀ, ਮੈਂ ਬਰਾੜ ਸਾਹਿਬ ਤੋਂ ਇੱਕ ਗੱਲ ਪੁੱਛਣਾ ਚਾਹੁੰਦਾ ਹੈ। ਇਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੇ ਮੁਸਲਿਮ 3 ਕੰਟਰੀਜ਼ ਹੈਗੇ ਆ ਉੱਥੇ ਸਿਰਫ ਮਾਈਨੋਰਿਟੀਜ਼ ਨਾਲ ਹੀ ਬਦਸਲੂਕੀ ਹੁੰਦੀ ਹੈ, ਪਰ ਮੈਂ ਇੱਕ ਮੇਰਾ ਸਵਾਲ 1971 ਤੋਂ ਪਹਿਲਾਂ ਹੀ ਚੱਲ ਜਾਂਦਾ ਹੈ ਕਿ ਜਿਹੜਾ ਉਦੋਂ ਦਾ ਈਸਟ ਪਾਕਿਸਤਾਨ ਸੀ ਉੱਥੇ ਜਿਹੜੇ ਬੰਗਲਾਦੇਸ਼ੀ ਪਾਕਿਸਤਾਨੀ ਸੀ ਉਹਨਾਂ ਮੁਸਲਮਾਨਾਂ 'ਤੇ ਵੀ ਤਾਂ ਉਨੇ ਹੀ ਜ਼ੁਲਮ ਢਾਏ ਜਾ ਰਹੇ ਸੀ। ਇਸੇ ਕਰਕੇ ਜਿਹੜਾ ਅੱਜ ਤੁਸੀਂ ਕਹਿ ਰਹੇ ਹੋ ਕਾਫੀ ਲੋਕ ਉਸ ਸਮੇਂ ਦਾ ਬੰਗਲਾਦੇਸ਼ ਛੱਡ ਕੇ ਸ਼ਰਨ ਲੈਣ ਲਈ ਆਪਣੇ ਕੋਲ ਆ ਗਏ। ਦੂਜੀ ਗੱਲ ਅਹਿਮਦੀਆਂ ਦੀ ਗੱਲ ਕਰ ਲਈਏ, ਅਹਿਮਦੀਏ ਵੀ ਹੈਗੇ ਆ ਜੀ, ਉਹਨਾਂ ਦੇ ਵੀ ਨਾਲ ਵੀ ਬਦਸਲੂਕੀ ਕੀਤੀ ਜਾ ਰਹੀ ਹੈ, ਬਟ ਕਿਉਂਕਿ ਤੁਸੀਂ ਸਿੱਖ ਪੰਥ ਨੂੰ ਰਿਪ੍ਰਜੈਂਟ ਕਰਦੇ ਹੋ, ਠੀਕ ਹੈ, ਤੁਸੀਂ ਬਹੁਤ ਅਫਗਾਨੀ ਸਿੱਖਾਂ ਲਈ ਜਾਂ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਇਹ 30 ਸਾਲਾਂ ਦਾ ਸੰਘਰਸ਼ ਕੀਤਾ ਹੈ, ਸ਼੍ਰੇਣਾ ਯੋਗ ਹੈ, ਬਟ ਜੇ ਆਪਾਂ ਨਾਨਕ ਨਾਮ ਲੇਵਾ ਕੌਮ ਹੈ ਤਾਂ ਸਾਨੂੰ ਇਹ ਵਿਤਰਾ ਨਹੀਂ ਕਰਨਾ ਚਾਹੀਦਾ ਸੀ, ਤੁਸੀਂ ਤੁਹਾਨੂੰ ਅਪੋਜ਼ ਕਰਨਾ ਚਾਹੀਦਾ ਸੀਗਾ ਉਸ ਬਿੱਲ ਦਾ, ਕਿਉਂਕਿ ਜੇ ਇੱਕ ਬੰਦੇ ਨੇ ਹਾਂ ਦਾ ਨਾਰਾ ਲਾਤਾ ਸੀਗਾ ਹਰੇਕ ਥਾਂ ਦੰਗੇ ਹੋ ਗਏ ਸੀਗੇ, ਪਰ ਪੰਜਾਬ ਦੇ ਵਿੱਚ ਮਲੇਰਕੋਟਲੇ 'ਚ ਅੱਜ ਵੀ ਹਿੰਦੁਸਤਾਨ 'ਚ ਮੈਂ ਕਹਿੰਦਾ ਜਿਹੜੇ ਮੁਸਲਿਮ ਭਾਈਚਾਰਾ ਆ ਉਹ ਜਮ੍ਹਾਂ ਮਸਜਿਦ ਦੇ ਲਾਗੇ ਇੰਨਾ ਸੇਫ ਨਹੀਂ ਫੀਲ ਕਰਦੇ ਹੋਣਗੇ ਜਿੰਨਾ ਮਲੇਰਕੋਟਲੇ 'ਚ ਫੀਲ ਕਰਦੇ ਆ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਇਸ ਚੀਜ਼ 'ਤੇ ਉਹਨਾਂ ਨੂੰ ਅਪੋਜ਼ ਹੀ ਕਰਨਾ ਚਾਹੀਦਾ ਸੀ। ਸੁਖਵਿੰਦਰ ਸਿੰਘ, ਮੈਂ ਇਸ ਕਰਕੇ ਡਿਬੇਟ ਸੱਦੀ ਹੈਗੀ ਆ ਕਿ ਪੰਜਾਬ ਦੇ ਵਿੱਚੋਂ ਇੱਕ ਸ਼ਾਂਤੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈਗਾ, ਜੇ ਤੁਹਾਡੇ ਸਾਡੇ ਕੋਲ ਕੋਈ ਇਹੋ ਜਿਹੀ ਰਿਪੋਰਟ ਨਹੀਂ ਜਿਹਦੇ ਵਿੱਚ ਪੰਜਾਬ ਵਿੱਚ ਕੋਈ ਹਿੰਸਕ ਪ੍ਰਦਰਸ਼ਨ ਹੋਇਆ ਹੋਵੇ, ਅਤੇ ਪੰਜਾਬ ਇਸ ਲਈ ਵਧਾਈ ਦਾ ਪਾਤਰ ਹੈ ਅਤੇ ਇੱਥੋਂ ਦਾ ਯੂਥ ਵੀ ਵਧਾਈ ਦਾ ਪਾਤਰ ਹੈ ਅਤੇ ਤੁਸੀਂ ਲੋਕ ਵੀ ਵਧਾਈ ਦੇ ਪਾਤਰ ਹੋ। ਸੁਖਵਿੰਦਰ ਸਿੰਘ, ਦੇਖੋ ਜਿਹੜੀ ਹਿੰਸਾ ਆ, ਹਿੰਸਾ ਕਦੇ ਵੀ ਵਿਰੋਧ ਕਰਨ ਵਾਲੇ ਨਹੀਂ ਕਰਦੇ ਆ, ਇਹ ਤੱਥ ਆ ਇੱਕ, ਭਾਵੇਂ ਉਹ ਸਾਡੇ ਨਾਲ ਅਕਾਲੀ ਦਲ ਦੀ ਸਰਕਾਰ ਬੈਠੀ ਆ, ਇਹਨਾਂ ਦੇ ਵੇਲੇ ਇਹਨਾਂ ਨੇ ਸੰਗਤਾਂ 'ਤੇ ਬੈਠਿਆਂ ਅਤੇ ਪੁਲਿਸ ਨੇ ਜਿਵੇਂ ਹਿੰਸਾ ਕੀਤੀ ਅਤੇ ਬਾਅਦ ਵਿੱਚ ਉਹ ਆਪ ਹੀ ਹਿੰਸਾ ਕਰਕੇ ਅਤੇ ਸੰਗਤਾਂ ਦੇ ਸਿਰ ਮੜਤਾ ਸੀ। ਇਸੇ ਤਰ੍ਹਾਂ ਜਿੱਥੇ ਹੁਣ ਪੰਜਾਬ ਦੇ ਵਿੱਚ ਹਿੰਸਾ ਕਿਉਂ ਨਹੀਂ ਹੋ ਰਹੀ ਹੈ, ਕਿਉਂਕਿ ਇੱਥੇ ਕਾਂਗਰਸ ਦੀ ਸਰਕਾਰ ਆ, ਕਾਂਗਰਸ ਸਰਕਾਰ ਕੇਂਦਰ ਦੀ ਸਰਕਾਰ ਦੇ ਫੈਸਲੇ ਦਾ ਖਿਲਾਫ ਆ, ਇਸ ਕਰਕੇ ਇੱਥੇ ਉਹ ਮਾਹੌਲ ਨਹੀਂ ਬਣ ਰਿਹਾ ਕਿ ਜਿਹੜੇ ਹਿੰਸਾ ਦੀ ਮਤਲਬ ਕੋਈ ਸਰਕਾਰ ਜਿਹੜੀ ਹੈ ਵਿਰੋਧ ਕਰ ਰਹੀ ਹੋਵੇ। ਤਾਂ ਜਿੰਨੀ ਵੀ ਹਿੰਸਾ ਹੋਈ ਸਰਕਾਰਾਂ ਹਿੰਸਾ ਕਰਾਉਂਦੀਆਂ ਨੇ, ਅਤੇ ਜਿਹੜੇ ਲੋਕ ਆਪਣੀ ਆਵਾਜ਼ ਚੁੱਕਦੇ ਆ ਲੋਕਤਾਂਤਰਿਕ ਢੰਗ ਦੇ ਨਾਲ ਚੁੱਕਦੇ ਆ, ਉਹਨਾਂ ਦੇ ਉੱਤੇ ਭਾਵੇਂ ਉਹ ਅੱਤਵਾਦੀ ਦਾ ਲੈਵਲ ਲਾਉਣਾ ਹੋਵੇ, ਭਾਵੇਂ ਉਹ ਹਿੰਸਕ ਹੋਣ ਦਾ ਲੈਵਲ ਲਾਉਣਾ ਹੋਵੇ, ਉਹ ਸਰਕਾਰਾਂ ਲਾਉਂਦੀਆਂ ਨੇ। ਨਹੀਂ, ਅਸੀਂ ਇੱਥੇ ਸਰਕਾਰ ਦੀ ਤਾਰੀਫ ਕਰਨ ਲਈ ਤਾਂ ਬੈਠੇ ਨਹੀਂ ਹੋਏਗੇ। ਬਿਲਕੁਲ ਜੀ, ਅਸੀਂ ਤਾਂ ਸਵਾਲ ਇਹ ਪੁੱਛ ਰਹੇ ਹੈਗੇ ਆ ਜੇ ਪੰਜਾਬ ਵਿੱਚੋਂ ਕੋਈ ਸ਼ਾਂਤੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈਗਾ, ਸਰਕਾਰ ਸਾਰੇ ਇਲਾਕਿਆਂ 'ਚ ਪਹੁੰਚ ਸਕਦੀ ਹੈ? ਮੈਂ ਤੁਹਾਨੂੰ ਇਹ ਗੱਲ ਕਹਿੰਦਾ ਜੀ ਵੀ ਅਸੀਂ ਸ਼ਾਂਤੀ ਦਾ ਸੁਨੇਹਾ ਤਾਂ ਸਰਕਾਰ ਨੂੰ ਦਈਏ ਨਾ, ਕਿ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਆਵਾਜ਼ ਸੁਣੇ, ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਉਹਦੇ ਉੱਤੇ ਰਿਵਿਊ ਕਰੇ। ਪੰਜਾਬ ਦੀ ਆਵਾਜ਼ ਕੋਈ ਸੁਣੂਗਾ? ਇਹ ਦੇਖੋ ਜਿਹੜੀ ਕੇਂਦਰ ਦੇ ਵਿੱਚ ਇਸ ਟਾਈਮ ਭਾਜਪਾ ਦੀ ਸਰਕਾਰ ਆ, ਉਹ ਪੂਰੀ ਤਰ੍ਹਾਂ ਉਹਦੇ ਸਿਰ ਦੇ ਉੱਤੇ ਜਿਹੜਾ ਸੱਤਾ ਦਾ ਨਸ਼ਾ ਆ ਉਹ ਚੜਿਆ ਹੋਇਆ। ਅਮਿਤ ਸ਼ਾਹ ਵਾਰ ਵਾਰ ਇਹ ਗੱਲ ਕਹਿ ਰਿਹਾ ਕਿ ਅਸੀਂ ਜੋ ਫੈਸਲਾ ਕਰਤਾ ਸੀ ਉਹਤੇ ਕਾਇਮ ਆ ਅਤੇ ਅਸੀਂ NRC ਕਰਾਵਾਂਗੇ। ਮੈਂ ਇੱਕ ਆਪਣੀ ਗੱਲ ਸਾਫ਼ ਕਰਨੀ ਚਾਹੁੰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਬੁਲਾਰੇ ਨੇ, ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਭਾਵੇਂ ਪੰਜਾਬ ਦੇ ਨਾਲ ਕੋਈ ਬਹੁਤਾ ਜ਼ਿਆਦਾ ਸੰਬੰਧ ਨਹੀਂ ਹੈ ਇਸ ਮਸਲੇ ਦਾ, ਪਰ ਉਹ ਵਿਰੋਧ ਗੁਰੂ ਸਿਧਾਂਤ ਕਾਰਨ ਹੋ ਰਿਹਾ। ਪਰ ਅੱਜ ਸਾਡੀ ਇਹ ਤਰਾਸਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਰਾਜਨੀਤੀ ਦਾ ਭੋਗ ਪਾਤਾ ਆ, ਕਿ ਗੁਰੂ ਸਿਧਾਂਤ ਦੀ ਗੱਲ ਇਹਨਾਂ ਦੇ ਜਿਹੜੇ ਫੈਸਲਿਆਂ ਦੇ ਪੱਖ ਲੈਂਦੇ ਨੇ
ਉਹ ਪਾਖੇ ਗੁਰੂ ਸਿਧਾਂਤ ਦੇ ਮੁਤਾਬਕ ਨਹੀਂ ਲੈਂਦੇ, ਉਹ ਬੀਬਾ ਹਰਸਿਮਰਤ ਕੌਰ ਦੀ ਕੁਰਸੀ ਦੇ ਮੁਤਾਬਕ ਲੈਂਦੇ ਆ ਕਿ ਉਹ ਕੁਰਸੀ ਕਿਵੇਂ ਬਚਣੀ ਆ। ਤੁਹਾਨੂੰ ਜੇ ਤੁਹਾਨੂੰ ਪਤਾ ਸੀ ਕਿ ਗੁਰੂ ਸਾਹਿਬ ਨੇ ਜਦੋਂ ਹਿੰਦੂ ਆਏ ਨੇ ਉਦੋਂ ਉਹਨਾਂ ਦੇ ਧਰਮ ਦੇਖ ਕੇ ਸ਼ਹਾਦਤ ਦਿੱਤੀ ਆ, ਜੇ ਕੋਈ ਪ੍ਰਤਾੜਿਤ ਹੋਇਆ ਕੋਈ ਵੀ ਪਰਸੀਕਿਊਸ਼ਨ ਦਾ ਸ਼ਿਕਾਰ ਬੰਦਾ ਆਉਂਦਾ ਹੈ ਉਹਦਾ ਧਰਮ ਦੇਖ ਕੇ ਨਹੀਂ ਉਹਦੇ ਉਹਦੀ ਮਦਦ ਕੀਤੀ ਜਾਂਦੀ ਆ। ਇਹ ਜਿਹੜਾ ਬਿਲਕੁਲ ਕਾਨੂੰਨ ਹੈ ਸਿੱਖ ਸਿਧਾਂਤ ਦੇ ਖਿਲਾਫ ਆ, ਤੇ ਅਫਗਾਨੀ ਸਿੱਖਾਂ ਦੀ ਮੈਂ ਗੱਲ ਕਰਦਾ, ਭਾਰਤ ਦੇ ਵਿੱਚ ਪਹਿਲਾਂ ਵੀ ਸਿਟੀਜ਼ਨਸ਼ਿਪ ਕਾਨੂੰਨ ਆ, ਉਹ ਸਿਟੀਜ਼ਨਸ਼ਿਪ ਕਾਨੂੰਨ ਦੇ ਮੁਤਾਬਕ ਵੀ ਇੱਥੇ ਨਾਗਰਿਕਤਾ ਦਿੱਤੀ ਜਾਂਦੀ ਸੀ। ਇਸ ਖਾਸ ਤੌਰ 'ਤੇ ਜਿਹੜਾ ਭਾਜਪਾ ਆ ਉਹ ਹਿੰਦੁੱਤਵੀ ਏਜੰਡੇ ਨੂੰ ਲਾਗੂ ਕਰਨ ਲਈ ਇਹ ਬਿੱਲ ਲੈ ਕੇ ਆਈ ਹੈ ਜਿਹੜਾ NRC ਦੇ ਨਾਲ ਜੁੜਿਆ ਹੋਇਆ ਆ। ਇਸੇ ਕਾਰਨ ਉਹ ਵਾਰ ਵਾਰ NRC ਦੀ ਗੱਲ ਕਰਦੇ, CAA ਇਕੱਲਾ ਨਾ ਦੇਖੀਏ, ਉਹ ਨਾਲ NRC ਆ ਅਤੇ ਉਹ ਇੱਥੇ ਜਿਹੜਾ ਆਪਣਾ ਵੋਟ ਬੈਂਕ ਆ ਹਿੰਦੁੱਤਵ ਦਾ ਉਹਨੂੰ ਪੱਕਾ ਕਰਨਾ ਚਾਹੁੰਦੇ। ਮੈਂ ਇਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਰਾਹ 'ਤੇ ਤੁਰੇ ਹੋਏ ਆ ਉਹ ਰਾਹ ਅੰਤ ਨੂੰ ਇਹਨਾਂ ਨੂੰ ਵੀ, ਜਿਵੇਂ ਉਹ ਇੱਕ ਸਰਾਲ ਹੁੰਦੀ ਆ ਨਾ ਉਹ ਸਾਰਿਆਂ ਨੂੰ ਨਿਕਲ ਜਾਂਦੀ ਆ, ਇਹ ਰਾਹ ਅੰਤ ਨੂੰ ਅਕਾਲੀ ਦਲ ਦੀ ਰਾਜਨੀਤੀ ਵੀ ਨਿਕਲ ਜਾਊਗਾ। ਮੈਂ ਇੱਕ ਛੋਟਾ ਬ੍ਰੇਕ ਲੈਣਾ ਚਾਹੁੰਦੀ, ਬਰਾਡ ਵਾਪਸ ਆਊਂਗਾ ਤੁਹਾਡੇ ਤੋਂ, ਮੈਂ ਲਊਂਗਾ ਜਵਾਬ ਜ਼ਰੂਰ ਲਊਂਗਾ। CAA 'ਤੇ ਕੀ ਚਾਹੁੰਦਾ ਹੈ ਪੰਜਾਬ? ਪਹਿਲਾਂ ਤਾਂ ਪੰਜਾਬ ਵਿੱਚ ਨਾਰਾ ਦਿੱਤਾ ਗਿਆ ਸੀਗਾ ਕੀ ਚਾਹੁੰਦਾ ਹੈ ਪੰਜਾਬ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਇਹੋ ਜਿਹੇ ਨਾਰੇ ਦਿੱਤੇ ਗਏ ਸੀਗੇ। ਪਰ ਪੰਜਾਬ ਹੁਣ ਕੈਪਟਨ ਦੀ ਸਰਕਾਰ ਤੋਂ ਕਿੰਨਾ ਤੰਗ ਹੈਗਾ, ਇਹ ਕੈਪਟਨ ਦੀ ਸਰਕਾਰ ਹੈ, ਉਸ ਨੂੰ ਜਵਾਬ 'ਤੇ ਹੋਣਾ ਪਵੇਗਾ। ਸਵਾਲ ਵਿਰੋਧੀ ਧਿਰਾਂ ਨੂੰ ਪੁੱਛਣੇ ਪੈਣਗੇ, ਕਿਉਂਕਿ ਪੰਜਾਬ ਵਿੱਚ ਕਈ ਮਸਲੇ ਹੈਗੇ ਜਿਨ੍ਹਾਂ ਦਾ ਜਵਾਬ ਪੰਜਾਬ ਦੀ ਸਰਕਾਰ ਕੋਲ ਨਹੀਂ ਹੈਗਾ। ਪਰ ਸਵਾਲ ਇਹ ਹੈਗਾ ਕਿ ਜੇ ਸਿੱਖੀ ਸਿਧਾਂਤ ਦੀ, ਗੁਰੂ ਸਿਧਾਂਤ ਦੀ ਗੱਲ ਆਈ ਹੈਗੀ ਹੈ, ਬਾਬੇ ਨਾਨਕ ਦੇ ਫਲਸਫੇ ਦਾ ਜ਼ਿਕਰ ਹੋਇਆ, ਤਾਂ ਫਿਰ ਸਵਾਲ ਪੁੱਛਣਾ ਲਾਜ਼ਮੀ ਹੈਗਾ ਕਿ CAA 'ਤੇ ਕੀ ਚਾਹੁੰਦਾ ਹੈ ਪੰਜਾਬ, ਅਤੇ ਪੰਜਾਬ ਦੀ ਆਵਾਜ਼ ਹੈ ਸੁਣਦਾ ਕੌਣ ਹੈਗਾ। ਬ੍ਰੇਕ ਤੋਂ ਵਾਪਸ ਆ ਰਿਹਾ, ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਸਰਹੱਦੀ ਸੂਬੇ ਪੰਜਾਬ ਦਾ ਸੁਨੇਹਾ ਕੌਣ ਸੁਨੇਗਾ। ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਦੋ ਤਸਵੀਰਾਂ ਜਿਹੜੀ ਅਕਾਲੀ ਭਾਜਪਾ ਗੱਠਜੋੜ ਇਸ ਤੋਂ ਪਹਿਲਾਂ ਸਰਕਾਰ ਨੇ ਕੰਮ ਕੀਤਾ ਹੈਗਾ, ਉਹ ਦੋ ਤਸਵੀਰਾਂ ਚੰਡੀਗੜ੍ਹ ਤੋਂ ਦਿੱਲੀ ਤੱਕ ਅਕਾਲੀ ਭਾਜਪਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਹਿੰਦੂ ਆ ਉਹਨਾਂ ਨਾਲ ਭਾਜਪਾ ਲੀਡਰ ਖੜ੍ਹੇ ਦਿਖਾਈ ਦੇ ਰਹੇ, ਅਤੇ ਦਿੱਲੀ ਵਿੱਚ ਅਫਗਾਨੀ ਜਿਹੜੇ ਸ਼ਰਨਾਰਥੀ ਸਿੱਖ ਹੈਗੇ ਉਹਨਾਂ ਨਾਲ ਸੁਖਬੀਰ ਸਿੰਘ ਬਾਦਲ, ਹਰਸਿੰਘ ਕੌਰ ਬਾਦਲ ਤੁਹਾਨੂੰ ਦਿਖਾਈ ਦੇ ਰਹੇ। ਚੰਡੀਗੜ੍ਹ ਤੋਂ ਦਿੱਲੀ ਤੱਕ ਇਹ ਗੱਠਜੋੜ ਦਾ ਕਿਸ ਤਰੀਕੇ ਨਾਲ ਪਲਾਨ ਹੈਗਾ, ਕਿਸ ਤਰੀਕੇ ਦਾ ਸਿਆਸੀ ਏਜੰਡਾ ਹੈਗਾ, ਉਸ ਨੂੰ ਸਮਝਣ ਦੀ ਜ਼ਰੂਰਤ ਹੈ। ਕੀ ਆ ਕਹਿ ਕੀ ਰਿਹਾ ਲੀਡਰ, ਉਹ ਵੀ ਸੁਣ ਲਈਏ। ਅਤੇ ਅੱਜ ਆ ਜਿਹੜੇ ਆਪਾਂ ਐਕਟ ਲੈ ਕੇ ਆ ਰਹੇ ਹਾਂ, ਆਪਾਂ ਨੂੰ ਨੈਰੋ ਵਿਜ਼ਨ ਨਾਲ ਨਹੀਂ ਦੇਖਣਾ ਚਾਹੀਦਾ, ਆਪਾਂ ਨੂੰ ਲਾਰਜਰ ਇੰਟਰਸਟ ਨਾਲ ਦੇਖ ਕੇ। ਅਤੇ ਮੈਂ ਆਹ ਵੀ ਅਖੀਰ 'ਚ ਕਹਿਤਾ ਸੀ, ਮੈਂ ਕਿਹਾ ਸੀ ਸਾਡੇ ਗੁਰੂ ਸਾਹਿਬ ਨੇ ਕਿਤੇ ਵਿਤਕਰਾ ਨਹੀਂ ਕੀਤਾ, ਜੇ ਕੋਈ ਭਾਈ ਧਰਮ ਰਹਿ ਗਿਆ ਜੋੜ ਦਿਓ ਵਿੱਚ, ਕੀ ਫਰਕ ਪੈਂਦਾ, ਐਡਾ ਵੱਡਾ ਦੇਸ਼ ਹੈ। ਪਰ ਜਿਹੜੇ ਵਿਚਾਰੇ ਹੈਗੇ ਆਏ ਹੈ ਉਹਨਾਂ ਨੂੰ ਤੁਸੀਂ ਡਿਨਾਈ ਕਰੋ, ਆਹ ਇੱਕ ਬਹੁਤ ਮਾੜੀ। ਦੇਖੋ ਮੈਂ ਪਹਿਲਾਂ ਕਲੀਅਰ ਕੀਤਾ ਕਿ ਮੁਸਲਮਾਨ ਉਹ ਮੁਸਲਿਮ ਕੰਟਰੀ, ਉੱਥੇ ਇਸਲਾਮਿਕ ਰੂਲ ਹੈ, ਇਹ ਕਾਨੂੰਨ ਉਹਨਾਂ ਲਈ ਜਿਹੜੇ ਉਤਪੀੜਨ ਹੋ ਕੇ ਜਿਹਨਾਂ ਦਾ ਧੱਕਾ ਹੋ ਰਿਹਾ। ਦੇਖੋ ਉਹ ਜਿਹੜਾ ਸ਼ੀਆ ਸੁਨੀ ਇੱਕ ਅਲੱਗ ਇਸ਼ੂ ਹੈ, ਉਹ ਇਸਲਾਮਿਕ ਕਾਨੂੰਨ ਦੋਨਾਂ 'ਤੇ ਲਾਗੂ ਹੁੰਦਾ। ਪਰ ਮੈਂ ਇਹ ਕਹਾਂਗਾ ਕਿ ਵੀ ਉਹ ਇਸਲਾਮਿਕ ਜਿਹੜੇ ਆ ਉਹ ਤਾਂ ਆਪਣੀਆਂ ਰੰਜਿਸ਼ਾਂ, ਉਹ ਤਾਂ ਇੱਥੇ ਵੀ ਸਾਡੇ ਡੇਰਿਆਂ ਦੀਆਂ ਲੜਾਈਆਂ ਹੁੰਦੀਆਂ, ਐਸੀ ਨਹੀਂ ਆ। ਚੰਜੀ ਬਰਾੜ, ਤੁਹਾਡੇ 'ਤੇ ਸਵਾਲ ਇਹ ਉੱਠਦਾ ਹੈਗਾ ਕਿ ਗੁਰੂ ਸਿਧਾਂਤ ਦੇ ਤੁਸੀਂ ਖਿਲਾਫ ਜਾ ਰਹੇ ਹੋ, ਇਹ ਦੋ ਤਸਵੀਰਾਂ ਆਪਣੇ ਆਪ ਵਿੱਚ ਕੁਛ ਨਾ ਕੁਛ ਕਹਿ ਰਹੀਆਂ ਹੈਗੀਆਂ। ਦੇਖੋ ਮੇਰੀ ਬੇਨਤੀ ਹੈ, ਪਹਿਲੀ ਗੱਲ ਤਾਂ ਮੈਂ ਇੱਕ ਮੇਰੇ ਕਾਂਗਰਸ ਵਾਲੇ ਵੀਰ ਦਾ ਜਵਾਬ ਦੇ ਦਿਆਂ ਜਿਹੜੇ ਜ਼ਿਆਦਾ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਦੇ ਆ। ਜੇ ਤੁਸੀਂ ਗੁਰੂ ਸਾਹਿਬ ਦਾ ਸਿਧਾਂਤ ਸੁਣਿਆ ਹੁੰਦਾ ਤਾਂ ਤੁਸੀਂ ਦੇਸ਼ ਨੂੰ ਵੰਡਦੇ ਹੀ ਨਾ। ਨਹਿਰੂ ਤੇ ਜਿਨ੍ਹਾਂ ਦੇ ਰਾਜ ਸੱਤਾ ਦੀ ਭੁੱਖ ਨੇ ਇਹ ਦੇਸ਼ ਨੂੰ ਵੰਡਿਆ, ਔਰ ਧਰਮ ਦੇ ਆਧਾਰ ਤੇ ਵੰਡਿਆ ਸਾਡੇ। ਇੱਕ ਮਿੰਟ ਯਾਰ, ਗੱਲ ਮੈਂ ਤੁਹਾਨੂੰ ਟੋਕਿਆ ਨਹੀਂ ਨਾ, ਐਡੇ ਕਾਲਾ ਨਾ ਪਿਆ ਮੇਰਾ ਵੀਰੇ, ਤੈਨੂੰ ਜਿਹੜੀ ਗੱਲ ਦਾ ਜਵਾਬ ਦੇਣਾ ਦੇਣੀ ਆਪਦੇ ਸਮੇਂ ਦੇ ਵਿੱਚ। ਮਤਲਬ ਕਿ ਜਦੋਂ ਮੰਨ ਲਓ ਜੇ ਉਦੋਂ ਧਰਮ ਦੇ ਆਧਾਰ ਤੇ ਨਾ ਸਾਡੇ ਦੇਸ਼ ਨੂੰ ਵੰਡਦੇ ਤੇ ਅੱਜ ਆਹ ਕਾਨੂੰਨਾਂ ਦੀ ਤਾਂ ਲੋੜ ਹੀ ਨਹੀਂ ਸੀ ਪੈਣੀ। ਨਹੀਂ, ਧਰਮ ਦੇ ਆਧਾਰ ਤੇ ਚੱਲ ਨਹੀਂ, ਬੜਾ ਥੋੜਾ ਫੈਕਟ ਤੇ ਚੱਲੀਏ। ਧਰਮ ਦੇ ਆਧਾਰ ਤੇ ਵੰਡ ਹੋਈ ਹੈ, ਪਾਕਿਸਤਾਨ ਧਰਮ ਦੇ ਆਧਾਰ ਤੇ ਵੰਡਿਆ ਗਿਆ, ਕੁਦਰਤੀ ਗੱਲ ਆ। ਸਾਰਾ ਮੁਸਲਮਾਨ ਨੂੰ ਭੇਜ, ਭਾਰਤ ਵੀ ਧਰਮ ਦੇ ਆਧਾਰ ਤੇ ਵੰਡਿਆ ਗਿਆ, ਭਾਰਤ ਦੇ ਵਿੱਚੋਂ। ਫਿਰ ਭਾਰਤ ਵਿੱਚ ਤਾਂ ਹਿੰਦੂ ਹੀ ਰਹਿੰਦੇ ਨੇ, ਫਿਰ ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਪਏ, ਤੁਸੀਂ ਗੱਲ ਤੇ ਸੁਣ ਲਓ ਨਾ, ਬੋਲੋ ਬੋਲੋ ਬੋਲੋ, ਪੂਰੀ ਸੁਣ ਲਓ। ਜੇ ਦੇਸ਼ ਨੂੰ ਵੰਡਦੇ ਹੀ ਨਾ ਤੇ ਕਾਨੂੰਨ ਬਣਾਉਣ ਦੀ ਲੋੜ ਹੀ ਨਹੀਂ ਸੀ ਪੈਣੀ, ਵੰਡਿਆ ਇਹਨਾਂ ਦੀ ਰਾਜ ਸੱਤਾ ਦੀ ਭੁੱਖ ਨੇ। ਪਹਿਲਾ ਗੱਲ ਤਾਂ ਸਵਾਲ ਇੱਥੋਂ ਪੈਦਾ ਹੋ ਰਿਹਾ। ਬਰਾੜ ਸਾਹਿਬ, ਦੇਸ਼ ਵੰਡਿਆ ਗਿਆ, ਚਲੋ ਠੀਕ ਹੈ, ਇਤਿਹਾਸਿਕ ਭੁੱਲ, ਤੁਸੀਂ ਉਸ ਨੂੰ ਕਹਿ ਦਿਓ, ਤੁਸੀਂ ਸਭ ਕੁਝ ਕਹਿ ਸਕਦੇ ਹੋ। ਸਵਾਲ ਹੈਗਾ, ਧਰਮ ਆਧਾਰਿਤ ਕਾਨੂੰਨ ਦੀ ਮੰਗ ਕਿਹਨੇ ਕੀਤੀ ਹੈ? ਨਹੀਂ, ਇਸ ਆਧਾਰ ਤੇ ਕਿਸੇ ਨੇ ਨਹੀਂ ਮੰਗ ਕੀਤੀ। ਇਸ ਆਧਾਰ ਤੇ ਕਿਸੇ ਨੇ ਨਹੀਂ ਕੀਤੀ, ਪਰ ਇਹਦੇ 'ਚ ਤੁਸੀਂ ਜੇ ਦੇਖੋ ਕਿ ਜਿਹੜੇ ਸਾਡੇ ਮੁਸਲਮਾਨ ਭਰਾ ਰਹਿ ਰਹੇ ਹੈ ਉਹਨਾਂ 'ਤੇ ਤਾਂ ਕੋਈ ਇਫੈਕਟ ਨਹੀਂ। ਸਵਾਲ ਇਹ ਆ, ਜੇ ਕੋਈ ਨਵਾਂ ਆਉਣਾ ਹੈ ਤਾਂ ਉਹਨਾਂ 'ਤੇ ਹੈ, ਤਾਂ ਘੱਟੋ ਘੱਟ ਇਹ ਹੈਗਾ ਕਿ ਜਿਹੜੇ ਸਾਡੇ ਲੋਕ 25-25, 30-30 ਸਾਲ ਦੇ ਬੈਠੇ ਸੀ ਉਹਨਾਂ 'ਤੇ ਤਾਂ ਘੱਟੋ ਘੱਟ ਉਹਨਾਂ ਨੂੰ ਤਾਂ ਰਿਲੀਫ ਮਿਲਿਆ ਨਾ, ਜਿਹੜਾ ਸਾਡੀ ਮੰਗ ਜਿਹੜੀ ਅਸੀਂ ਸ਼ੁਰੂ ਕਰਦੇ ਸੀ। ਮੈਨੂੰ ਇੱਕ ਥੋੜ੍ਹੀ ਚੀਜ਼ ਸਮਝਾ ਦਿਓ, ਜਿਹੜਾ ਪਹਿਲਾਂ ਕਾਨੂੰਨ ਸਾਡਾ ਸੀ ਬਿਨਾਂ ਸੋਧ ਤੋਂ, ਉਸ ਦੇ ਮੁਤਾਬਕ ਹੀ ਉਹਨਾਂ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ ਸੀ?
ਮੈਨੂੰ ਨਹੀਂ ਲੱਗਦਾ ਜਾਂ ਮੈਨੂੰ ਨਹੀਂ ਪਤਾ ਫਿਰ ਨਵਾਂ ਬਣਾਉਣ ਦੀ ਕੀ ਲੋੜ ਪਈ? ਨਹੀਂ ਉਹੀ ਸਵਾਲ ਹੀ ਇਹ ਹੈ, ਸਵਾਲ ਹੀ ਇਹ ਹੈ, ਨਵਾਂ ਸੋਧ ਕਰਨ ਦੀ ਲੋੜ ਕਿਉਂ ਪਈ? ਉਹ ਤਾਂ ਪਹਿਲਾਂ ਵੀ ਦਿੱਤੀ ਜਾ ਰਹੀ ਸੀ ਐਗਜ਼ਾਮਪਲਸ ਹੈਗੀਆਂ ਕਈ। ਫਿਰ ਸਾਹਿਬ ਮਨਮੋਹਨ ਸਿੰਘ ਅਨਪੜ੍ਹ ਬੰਦਾ ਸੀ ਜਿਹੜਾ, ਮਨਮੋਹਨ ਸਿੰਘ ਹਰਾਂ ਨੇ ਧਰਮ ਅਧਾਰਤ ਦੀ ਮੰਗ ਨਹੀਂ ਕੀਤੀ। ਚਲੋ ਧਰਮ ਅਧਾਰਤ ਤੇ ਨਹੀਂ, ਸਵਾਲ ਹੈ ਮੇਰਾ, ਮੈਂ ਸੁਣਿਆ ਪਾਰਲੀਮੈਂਟ ਦਾ ਪੂਰਾ ਪਾਸ ਸੀ, ਉਹਨਾਂ ਨੇ ਇਹੀ ਕਹਿਣਾ ਵੀ ਇਹ ਦੇਣੀ ਚਾਹੀਦੀ ਹੈ ਤੇ ਦੇਣ ਲਈ ਜੇ ਬਣ ਗਿਆ ਕਾਨੂੰਨ ਤੇ ਮੇਰਾ ਖਿਆਲ ਹੈ ਕਿ ਐਡੀ ਵੱਡੀ ਨਹੀਂ। ਫਿਰ ਸਾਡੀ ਇਹੀ ਮੰਗ ਹੈ ਕਿ ਅਸੀਂ ਤਾਂ ਕਹਿੰਦੇ ਆ ਵੀ ਜੇ ਜੋੜਨਾ ਤਾਂ ਜੋੜ ਲੈਣਾ ਚਾਹੀਦਾ। ਨਾਗਰਿਕਤਾ ਦੇਣ ਦੇ ਖਿਲਾਫ ਕੋਈ ਨਹੀਂ ਹੈਗਾ, ਜਵਾਬ ਲੈ ਲੈਂਦੇ ਉਹਨਾਂ ਦੇ ਤੁਸੀਂ। ਹਾਂ, ਨਾਗਰਿਕਤਾ ਦੇਣ ਦੇ ਖਿਲਾਫ ਕੋਈ ਨਹੀਂ ਹੈਗਾ, ਧਰਮ ਅਧਾਰਤ ਨਾਗਰਿਕਤਾ ਦੀ ਗੱਲ ਹੋ ਰਹੀ ਹੈ। ਅਸੀਂ ਕਹਿੰਦੇ ਆ ਸਾਡੇ ਪ੍ਰਧਾਨ ਸਾਹਿਬ ਨੇ ਹੁਣ ਵੀ ਇਹ ਤੁਹਾਡੇ ਸਾਹਮਣੇ ਕਿਹਾ ਹੀ ਹੈ ਵੀ ਜੋੜ ਲੈਣਾ ਚਾਹੀਦਾ ਸੀ ਜਾਂ ਸਾਰਿਆਂ ਲਈ ਓਪਨ ਰੱਖਣਾ ਚਾਹੀਦਾ ਸੀ ਇੱਕ। ਦੂਜੀ ਗੱਲ ਮੈਂ ਬੇਨਤੀ ਕਰਾਂ ਕਿ ਜਿਹੜੇ ਸੁਖਵਿੰਦਰ ਸਿੰਘ ਜੀ ਸੱਥ, ਸੱਥ ਦਾ ਮਤਲਬ ਹੁੰਦਾ ਹੈ ਕਿ ਇੱਕ ਸਾਂਝੇ ਲੋਕਾਂ ਦੀ ਸੱਥ। ਜਿਸ ਕਿਸਮ ਦੇ ਇਹਨਾਂ ਨੇ ਸ਼ਬਦ ਬੋਲਿਆ, ਇਕੱਲੇ ਅਕਾਲੀ ਦਲ ਤੇ ਹੀ ਸਿੱਧੀਆਂ ਗੱਲਾਂ ਕੀਤੀਆਂ, ਭਾਵੇਂ ਉਹ ਸਾਡੇ ਰਾਜ ਭਾਗ ਦੀ ਗੱਲ ਕੀਤੀ ਹੈ ਤੇ ਨਾ ਹੁਣ ਦੇ ਰਾਜ ਭਾਗ ਦੀ ਕੋਈ ਗੱਲ ਕੀਤੀ ਹੈ, ਇਕੱਲੇ ਦਾ ਇਕੱਲਾ। ਮੈਨੂੰ ਤਾਂ ਇਹ ਲੱਗਿਆ ਸੱਥ ਵਾਲੀ ਗੱਲ ਤਾਂ ਘੱਟ ਲੱਗੀ ਹੈ, ਤਾਂ ਸਾਡਾ ਵਿਰੋਧੀ ਜਿਵੇਂ ਹੁੰਦਾ ਕਿ ਏਜੰਡਾ ਇੱਕ ਸੈੱਟ ਕਰਨ ਵਾਲੀ ਗੱਲ ਲੱਗੀ ਹੈ। ਮੈਂ ਇਸ ਗੱਲ ਦੀ ਇਹਨਾਂ ਦੀ ਨਿੰਦਾ ਕਰਦਾ। ਦੂਜੀ ਗੱਲ ਮੈਂ ਇੱਕ ਬੇਨਤੀ ਕਰਦਾ ਕਿ ਸਾਡੀ ਫੇਰ ਮੰਗ ਹੈ ਕਿ ਘੱਟੋ ਘੱਟ ਜਿਹਨੂੰ ਮਿਲ ਗਿਆ ਰਿਲੀਫ ਠੀਕ ਹੈ, ਜਿਹੜੀ ਰਹਿ ਗਈ ਹੈ ਜੇ ਕੋਈ ਰਹਿ ਗਿਆ ਤਾਂ ਉਹਨਾਂ ਨੂੰ ਵੀ ਮਿਲਣਾ ਚਾਹੀਦਾ, ਸਾਡੀ ਇਹੀ ਮੰਗ ਹੈ। ਪ੍ਰੋਫੈਸਰ ਮਨਜੀਤ ਸਿੰਘ, ਇਹਨਾਂ ਨੇ ਸੱਥਾਂ ਦੀ ਗੱਲ ਕਰਦੀ ਹੈ, ਵਿਰੋਧ ਹਮੇਸ਼ਾ ਸੱਥਾਂ 'ਚ ਹੁੰਦਾ। ਮੈਂ ਸੱਥ ਦੀ ਗੱਲ ਨਹੀਂ ਕਰ ਰਿਹਾ, ਮੈਂ ਪੰਜਾਬ ਦੀਆਂ ਸੱਥਾਂ ਦਾ ਜ਼ਿਕਰ ਕਰ ਰਿਹਾ। ਸਵਾਲ ਹੈਗਾ ਪ੍ਰੋਫੈਸਰ ਮਨਜੀਤ ਸਿੰਘ, ਇਹ ਜਿਹੜਾ ਗੁਰੂ ਸਿਧਾਂਤ ਦਾ ਜ਼ਿਕਰ ਆਇਆ, ਉਸ ਨੂੰ ਜੇ ਅਸੀਂ ਇੱਕ ਪਾਸੇ ਰੱਖ ਕੇ ਵੀ ਚੱਲੀਏ, ਜਿਹੜਾ ਸਾਡਾ ਸੰਵਿਧਾਨ ਕਹਿੰਦਾ ਹੈਗਾ, ਉਸ ਸੰਵਿਧਾਨ 'ਤੇ ਵੀ ਸੱਟ ਵੱਜ ਰਹੀ ਹੈ? ਨਹੀਂ ਨਹੀਂ, ਸੰਵਿਧਾਨ 'ਤੇ ਤਾਂ ਸੱਟ ਵੱਜ ਰਹੀ ਹੈ, ਵਾਵਰੋਲਾ ਸਾਰੇ ਦੇਸ਼ ਦੇ ਅੰਦਰ ਕੀ ਹੈ ਕਿ ਸੰਵਿਧਾਨ ਬਦਲਿਆ ਜਾ ਰਿਹਾ ਹੈ, ਉਸ ਨੂੰ ਹੌਲੀ ਹੌਲੀ ਇੱਕ ਪਾਸੜਾ ਕੀਤਾ ਜਾ ਰਿਹਾ, ਜਿਹੜਾ ਉਹਦਾ ਸੈਕੂਲਰ ਕੰਟੈਂਟ ਆ ਉਸਨੂੰ ਕੰਪਰੋਮਾਈਜ਼ ਕੀਤਾ ਜਾ ਰਿਹਾ। ਸਾਡੇ ਧਰਮ ਨਿਰਪੱਖ ਦੇਸ਼ ਆ। ਮੈਂ ਇਹਦੇ ਨਾਲ ਹੀ ਜਿਹੜੀ ਗੱਲਾਂ ਜਿਹੜੀਆਂ ਹੁਣ ਤੱਕ ਹੋਈਆਂ ਉਹਦੇ 'ਤੇ ਵੀ ਥੋੜ੍ਹਾ ਮੇਰਾ ਕਮੈਂਟ ਜ਼ਰੂਰੀ ਹੈਗਾ। ਮੈਂ ਇਹ ਗੱਲ ਸਮਝਦਾ ਕਿ ਦੇਖੋ ਕਿੰਨੀ ਵਿਰੋਧਾਭਾਸ, ਜਦੋਂ ਆਪਾਂ ਗਲਤ ਸਟੈਂਡ ਲੈ ਲਈਏ ਅਤੇ ਇੱਕ ਵਾਰੀ ਗਲਤੀ ਕਰ ਲਈਏ 10 ਗਲਤੀਆਂ ਹੋਰ ਕਰਨੀਆਂ ਪੈਂਦੀਆਂ। ਬੜੇ ਮੈਂ ਆਦਰ ਦੇ ਨਾਲ ਬਰਾੜ ਸਾਹਿਬ ਬੈਠੇ ਇਹ ਗੱਲ ਕਰਨੀ ਚਾਹੁੰਦਾ ਕਿ ਇਹ ਕਹਿੰਦੇ ਕਾਂਗਰਸ 'ਤੇ ਦੋਸ਼ ਲਾ ਰਹੇ ਆ, ਠੀਕ ਆ ਉਦੋਂ ਹੋਇਆ, ਉਹ ਜੇ ਬਚਾਉਣਾ ਚਾਹੁੰਦੇ ਤਾਂ ਸ਼ਾਇਦ ਬਚਾ ਸਕਦੇ। ਗਾਂਧੀ ਨੇ ਬੜੀ ਵਿਰੋਧਤਾ ਕੀਤੀ ਕਿ ਦੇਸ਼ ਨੂੰ ਨਾ ਵੰਡੋ, ਮਰਨ ਵਰਤ ਵੀ ਰੱਖਿਆ, ਸਾਰਾ ਕੁਝ ਕੀਤਾ। ਅਲਟੀਮੇਟਲੀ ਉਹ ਮੁਸਲਿਮ ਲੀਗ ਦਾ ਇੰਨਾ ਜੋਮ ਚੜਿਆ ਸੀ ਕਿ ਅਸੀਂ ਇੱਥੇ ਜੋ ਉਹਨਾਂ ਨੇ ਕਿਹਾ ਉਹ ਅਸੀਂ ਪ੍ਰੂਵ ਕਰਤਾ ਨਾ, ਜਿਸ ਕਰਕੇ ਉਹ ਕੰਟਰੀ ਉੱਦਣ ਵੰਡਿਆ ਗਿਆ। ਉਹ ਕੀ ਕਹਿ ਰਹੇ ਸੀਗੇ, ਇਹ ਹਿੰਦੂ ਮੈਜੋਰਿਟੀ ਦੇਸ਼ ਬਣੂਗਾ ਔਰ ਅਸੀਂ ਜਿਹੜੇ ਆ ਮੁਸਲਮਾਨ ਸੈਕਿੰਡ ਰੇਟ ਸਿਟੀਜ਼ਨ ਇੱਥੇ ਮਹਿਸੂਸ ਕਰਾਂਗੇ। ਅਤੇ ਅੱਜ ਜੋ ਅਸੀਂ ਇਹ ਜਿਸ ਕਿਸਮ ਦੀ ਕਵੈਦ ਸਾਰੀ ਕਰ ਦਿੱਤੀ ਆ, ਅਤੇ ਉਹ ਪ੍ਰੂਵ ਕਰਤਾ ਨਾ, ਜਿਨ੍ਹਾਂ ਨੂੰ ਪ੍ਰੂਵ ਕਰਤਾ ਨਾ ਅਸੀਂ ਕਿ ਹੁਣ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਇੱਕ ਇਸ ਕਰਕੇ ਜਿਹੜਾ ਉਹਨਾਂ ਦੀ ਐਪਰੀਹੈਂਸ਼ਨ ਸੀ ਉਹਦੇ 'ਤੇ ਅਸੀਂ ਅੱਜ ਮੋਹਰ ਲਾ ਰਹੇ ਹਾਂ 70-72 ਸਾਲਾਂ ਬਾਅਦ। ਦੂਸਰੀ, ਤੁਸੀਂ ਖੁਦ ਧਰਮ ਦੇ ਆਧਾਰਿਤ ਕਿਸੇ ਕਿਸਮ ਦੀ ਜਿਹੜੀ ਵਖਰੇਵਾਂ ਆ, ਭਾਵੇਂ ਉਹ ਨੈਸ਼ਨੈਲਿਟੀ ਹੋਵੇ, ਉਹ ਨਹੀਂ ਚਾਹੁੰਦੇ, ਉਹ ਸੰਵਿਧਾਨ ਦੇ ਵੀ ਖਿਲਾਫ ਆ, ਸਿੱਖੀ ਦੇ ਵੀ ਖਿਲਾਫ, ਅਤੇ ਖੁਦ ਹੀ ਧਰਮ ਦੇ ਨਾਂ 'ਤੇ ਸਿੱਖਾਂ ਨੂੰ ਤੁਸੀਂ ਸਿਟੀਜ਼ਨਸ਼ਿਪ ਦੇਣ ਲਈ ਕਹਿ ਰਹੇ ਹਾਂ, ਇਹ ਤਾਂ ਉਸ ਤਰ੍ਹਾਂ ਹੀ ਕਮਿਊਨਲ ਏਜੰਡਾ ਹੋ ਗਿਆ ਨਾ, ਅਕਾਲੀ ਦਲ ਦਾ ਅਤੇ ਭਾਜਪਾ ਦਾ, ਅਤੇ ਇਹ ਜਿਹੜੀ ਕਮਿਊਨਲ ਡਿਵੀਜ਼ਨ ਹੋ ਗਈ ਹੈ ਅਤੇ ਉਹ ਹੀ ਹੋ ਗਿਆ ਸਿੱਖੀ 'ਤੇ। ਚੰਡੀਗੜ੍ਹ ਅਤੇ ਦਿੱਲੀ ਦੀਆਂ ਦੋ ਤਸਵੀਰਾਂ ਦਿਖਾਈਆਂ, ਉਹਦੇ ਵਿੱਚ ਇਹ ਸਾਫ ਬਿਆਨ ਹੋ ਰਿਹਾ। ਕੇ ਪੀ ਸਿੰਘ ਜੀ, ਮੈਂ ਤਾਂ ਸਾਫ ਗੱਲ ਕਹਿੰਦਾ, ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਮਾਰਗਦਰਸ਼ਕ ਚੀਜ਼ ਹੈਗੇ ਆ, ਉਹ ਸਾਨੂੰ ਰਸਤਾ ਦਿਖਾਉਂਦੇ। ਉਹਦੇ 'ਚ ਫਰੀਦ ਵੀ ਆ, ਕਬੀਰ ਵੀ ਆ, ਭਗਤ ਰਵਿਦਾਸ ਵੀ ਹੈਗਾ ਆ, ਹੋਰ ਸੂਫੀ ਸੰਤ ਵੀ ਹੈਗੇ ਆ, ਔਰ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਜਿਹੜੇ ਸਾਡੇ ਸਾਰੇ ਤੋਂ ਮਤਲਬ ਉੱਥੇ ਕੰਟਰੀਬਿਊਟਰ ਹੈਗੇ। ਇਸ ਕਰਕੇ ਉਹਨਾਂ ਸਾਰਿਆਂ ਦਾ ਮਾਰਗ ਸਾਨੂੰ ਕੀ ਦੱਸ ਰਿਹਾ ਕਿ ਅਸੀਂ ਸਭੇ ਸਾਂਝੀਵਾਲਤਾ, ਸਾਡੇ ਲਈ ਧਰਮ ਇੱਕ ਨੈਰੋ ਚੀਜ਼ ਨਹੀਂ, ਮਨੁੱਖਵਾਦੀ ਧਰਮ ਆ ਜਿਹਦੇ ਵਿੱਚ ਸਾਰੇ। ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰ ਰਹੇ ਹੋ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਉਹ ਸਿਆਸਤ ਜਿਹੜੀ ਉਹਨਾਂ ਸਾਰੇ ਸਮਾਗਮ ਵਿੱਚ ਸ਼ਾਮਿਲ ਹੁੰਦੀ ਹੈ, ਉਹਨਾਂ ਨੂੰ ਫਲਸਫਾ ਨਹੀਂ ਸਮਝ ਆ ਰਿਹਾ? ਜੇ ਸਮਝ ਆਉਂਦਾ ਤੇ ਫਿਰ, ਜੇ ਸਮਝ ਆਉਂਦਾ ਤੇ ਫਿਰ ਘੱਟ ਗਿਣਤੀਆਂ ਦੀ ਰਾਖੀ ਹੁੰਦੀ, ਗੱਲ ਹੁੰਦੀ, ਮੇਰਾ ਇਹ ਨਹੀਂ ਕਹਿਣਾ ਕਿ ਸਰਵਾਦ ਦੇ ਭਲਾ ਦੀ ਗੱਲ ਹੁੰਦੀ, ਬਿਲਕੁਲ। ਇਸ ਕਰਕੇ ਅਸੀਂ ਟ੍ਰੈਪ ਹੋ ਗਏ, ਕਾਰਨ ਉਹਦਾ ਕੋਈ ਵੀ, ਮੈਂ ਵਾਰ-ਵਾਰ ਨਹੀਂ ਕਹਿਣਾ ਚਾਹੁੰਦਾ ਉਹ ਮਿਨਿਸਟਰੀ ਦੀ ਕੁਰਸੀ ਹੈ ਜਾਂ ਕਿੱਦਾਂ ਆ, ਉਹ ਅਕਾਲੀ ਦਲ ਜਾਣੇ, ਪਰ ਅਸੀਂ ਆਪਣੇ ਸਿੱਖ ਫਲਸਫੇ ਦੇ ਏਜੰਡੇ ਨੂੰ ਕੰਪਰੋਮਾਈਜ਼ ਕੀਤਾ ਅਤੇ ਸੰਵਿਧਾਨ ਨੂੰ ਵੀ ਕੀਤਾ। ਨੰਬਰ 2 ਹੋ ਗਿਆ, ਤੁਸੀਂ ਉੱਥੇ ਮੰਗ ਕੀਤੀ, ਸੁਖਬੀਰ ਬਾਦਲ ਜੀ ਨੇ ਵੀ ਮੰਗ ਕੀਤੀ ਕਿ ਇਹ ਜਿਹੜੀ ਆ ਗਲਤ ਗੱਲ ਆ, ਇਹ ਇੱਕ ਚੰਗਾ ਕਦਮ ਸੀ। ਉਹਨਾਂ ਨੇ ਘੱਟੋ ਘੱਟ ਇੰਨਾ ਚੁੱਪ ਨਹੀਂ ਰਹੇ, ਉਹਨਾਂ ਨੇ ਬੋਲਿਆ ਕਿ ਸਾਨੂੰ ਇਸ ਗੱਲ ਦੀ ਤਕਲੀਫ ਆ, ਪਰ ਜਦ ਸਾਰੇ ਹਿੰਦੁਸਤਾਨ ਦੇ ਵਿੱਚ ਸੜਕਾਂ 'ਤੇ ਆ ਕੇ ਨੌਜਵਾਨਾਂ ਤੋਂ ਲੈ ਕੇ ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ, ਪੰਜਾਬ ਦਾ ਸਾਰਾ ਸੜਕਾਂ 'ਤੇ ਆਇਆ ਹੋਇਆ, ਇਸ ਗੱਲ ਹੀ ਕਿ ਇਹ ਜਿਹੜੇ ਕਾਲੇ ਕਾਨੂੰਨ ਆ ਵਾਪਸ ਹੋਣੇ ਚਾਹੀਦੇ ਆ, ਇਹ ਸਾਡੇ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਵੱਲ ਲੈ ਜਾਣਗੇ, ਦੇਸ਼ ਨੂੰ ਤੋੜਨ ਵੱਲ, ਕਮਜ਼ੋਰ ਕਰਨ ਵੱਲ ਲੈ ਜਾਣਗੇ, ਤਾਂ ਅਕਾਲੀ ਦਲ ਚੁੱਪ ਕਿਉਂ?
ਅਕਾਲੀ ਦਲ ਨੂੰ ਵੀ ਉਨੀ ਸ਼ਕਤੀਸ਼ਾਲੀ ਆਪਣੀ ਭਾਸ਼ਾ ਦੇ ਨਾਲ ਕਿ ਠੀਕ ਹੈ ਅਸੀਂ ਸਪੋਰਟ ਕੀਤਾ, ਅਸੀਂ ਅਫਗਾਨੀਆਂ ਨੂੰ ਚਾਹੁੰਦੇ ਸੀ, ਭਾਵੇਂ ਇਹ ਇੱਕ ਫਿਰਕਾ ਪ੍ਰਸਤੀ ਵੱਲ ਨੂੰ ਲੈ ਕੇ ਜਾਂਦਾ ਕਿ ਤੁਸੀਂ ਸਿੱਖਾਂ ਨੂੰ ਸੋਚੋ ਅਤੇ ਦੂਜਿਆਂ ਨੂੰ ਨਾ ਸੋਚੋ, ਇਹ ਸਿੱਖ ਫਲਸਫਾ ਨਹੀਂ ਹੈ, ਉਹਦੇ ਅਗੇਂਸਟ ਜਾ ਕੇ ਹੋਇਆ। ਪਰ ਅੱਜ ਤਾਂ ਤੁਸੀਂ ਆ ਕੇ ਮਜ਼ਾਰੇ ਕਰ ਸਕਦੇ ਹਾਂ, ਅੱਜ ਤਾਂ ਆਪਾਂ ਜੇਲ੍ਹਾਂ 'ਚ ਜਾ ਸਕਦੇ ਹਾਂ। ਗੁਰਮੀਤ ਸਿੰਘ ਮਾਂਗੜ, ਮੇਰਾ ਸਵਾਲ ਜਵਾਬ ਦਿਓ ਤੁਸੀਂ। ਹਾਂਜੀ, ਤੁਸੀਂ ਕਹਿ ਰਹੇ ਹੋ ਕਿ ਇਹ ਇਕੱਲੇ ਸਿੱਖਾਂ ਬਾਰੇ ਸੋਚ ਰਹੇ ਹੈਗੇ ਆ, ਸਾਂਝੀਵਾਲਤਾ ਬਾਰੇ ਨਹੀਂ ਸੋਚ ਰਹੇ, ਤੁਸੀਂ ਇਹੀ ਵਿਰੋਧ ਕਰ ਰਹੇ ਹੋ? ਮੈਂ ਇੱਕ ਮਿੰਟ ਸਵਾਲ ਸੁਣ ਲਓ ਪਹਿਲਾਂ ਪਰਾਉਂਦਾ। ਤੁਸੀਂ ਮੁਸਲਿਮ ਭਾਈਚਾਰੇ ਨਾਲ ਜਾ ਕੇ ਖੜੇ ਹੋਏ ਮਲੇਰਕੋਟਲਾ, ਤੁਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੋਰ ਸ਼ਰਨਾਰਥੀ ਹੈਗੇ ਆ, ਸਿੱਖ ਸ਼ਰਨਾਰਥੀ ਹੈਗੇ, ਕਦੇ ਉਹਨਾਂ ਕੋਲੇ ਗਏ? ਜਿਹੜਾ ਸਾਡਾ ਆਲਰੇਡੀ ਲਾਅ ਸੀਗਾ ਉਹਦੇ ਵਿੱਚ ਇਹ ਪ੍ਰੋਵੀਜ਼ਨ ਸੀਗੀ, ਠੀਕ ਹੈ, ਜੇ ਕਿਸੇ ਕੋਈ ਸ਼ਰਨਾਰਥੀ ਆਉਂਦਾ ਆ, ਕੋਈ ਪੋਲੀਟੀਕਲ ਜਾਂ ਕੋਈ ਅਸਾਈਲਮ ਲੈਂਦਾ ਆ, ਤੇ ਉਹਦਾ ਪ੍ਰੋਵੀਜ਼ਨ ਸੀਗਾ। ਹੁਣ ਗੁਰਮਨੀ ਸਿੰਘ ਮਾਂਗੜ, ਮੇਰਾ ਸਵਾਲ ਹੋਰ ਹੈ, ਵੰਡਣ ਵਾਲੀ ਸਿਆਸਤ ਤੁਸੀਂ ਲੋਕ ਵੀ ਕਰਦੇ ਪਏ ਹੋ? ਨਹੀਂ ਕਰਦੇ। ਤੁਸੀਂ ਲੋਕ ਵੀ ਕਰਦੇ ਪਏ ਵੰਡਣ ਵਾਲੀ ਸਿਆਸਤ? ਜੇ ਪੰਜਾਬ ਦੀਆਂ ਸੜਕਾਂ ਸ਼ਾਂਤੀ ਦਾ ਸੁਨੇਹਾ ਦੇ ਰਹੀਆਂ ਤੇ ਤੁਸੀਂ ਉਹਨੂੰ ਵੰਡ ਰਹੇ ਹੋ? ਅਸੀਂ ਕਿਵੇਂ ਵੰਡ ਰਹੇ ਹਾਂ ਜੀ? ਤੁਸੀਂ ਗਏ ਉੱਥੇ ਅਫਗਾਨੀ ਸਿੱਖਾਂ ਨੂੰ ਮਿਲ ਗਏ? ਤੁਸੀਂ ਅਫਗਾਨੀ ਸਿੱਖਾਂ ਕੋਲੇ ਗਏ? ਬਰਾੜ ਸਾਹਿਬ ਨੇ ਗੱਲ ਕੀਤੀ ਵੀ ਦੇਸ਼ ਦਾ ਬਟਵਾਰਾ ਕਿੱਦਾਂ ਹੋਇਆ, ਦੇਸ਼ ਦਾ ਬਟਵਾਰਾ ਦੋ ਨਹੀਂ ਨਹੀਂ ਤੁਸੀਂ ਮੁਸਲਿਮ ਭਾਈਚਾਰੇ ਕੋਲੇ ਗਏ? ਮੁਸਲਿਮ ਭਾਈਚਾਰੇ ਕੋਲ ਗਏ, ਜਿਹੜੇ ਆਸਾਮ ਜਾਂ ਜਿਹੜੇ ਉੱਧਰ ਜਿੰਨੇ ਕੁ ਰਹਿੰਦੇ ਆ, ਜਿੰਨੀ ਕੁ ਗਿਣਤੀ ਮੇਰੇ ਸਾਹਮਣੇ ਅਖਬਾਰਾਂ ਦੇ ਜ਼ਰੀਏ ਆਈ ਆ, ਮੈਨੂੰ ਪਤਾ ਨਹੀਂ ਹੈ ਕਿ 6-7 ਲੱਖ ਲੋਕ ਜਿਹੜੇ ਹੈਗੇ ਆ, ਜੇ 21-22 ਹੈ ਤਾਂ ਉਹਦੇ 6-7 ਲੱਖ ਮੁਸਲਮਾਨ ਭਰਾ ਨੇ ਔਰ ਬਾਕੀ ਹਿੰਦੂ ਨੇ। ਮੈਂ ਉਹਦੇ 'ਚ ਬੇਨਤੀ ਪੰਜਾਬ ਦੇ ਸੰਦਰਭ ਦੀ ਗੱਲ, ਪੰਜਾਬ 'ਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੈਗਾ। ਨਹੀਂ ਇੱਕ ਮਿੰਟ, ਫਤਿਹਗੜ੍ਹ ਸਾਹਿਬ ਪ੍ਰੋਟੈਸਟ ਹੋਇਆ, ਫਰੀਦਕੋਟ, ਮੈਂ ਇਕੱਲੇ ਇਕੱਲਾ ਫੈਕਟ ਹੈ ਮੇਰੇ ਕੋਲੇ, ਫਤਿਹਗੜ੍ਹ ਸਾਹਿਬ ਪ੍ਰੋਟੈਸਟ ਹੋਇਆ, ਫਰੀਦਕੋਟ ਹੋਇਆ, ਮਲੇਰਕੋਟਲਾ ਹੋਇਆ, ਚੰਡੀਗੜ੍ਹ ਦੇ ਵਿੱਚ ਮੁਸਲਿਮ ਜਥੇਬੰਦੀਆਂ ਇਕੱਠੀਆਂ ਹੋਈਆਂ, ਲੁਧਿਆਣੇ ਵਿੱਚ ਹੋਇਆ, ਤੁਹਾਡਾ ਕੋਈ ਵਰਕਰ ਗਿਆ ਉਹਨਾਂ ਕੋਲ? ਬੇਨਤੀ ਸੁਣ ਲਓ, ਹਾਂ ਬੋਲੋ, ਸੁਣ ਲਓ, ਨਹੀਂ ਗਿਆ ਹੋਣਾ, ਮੈਂ ਝੂਠ ਨਹੀਂ ਬੋਲ। ਚਲੋ ਠੀਕ ਹੈ, ਬਹੁਤ ਮੇਰਾ ਸਵਾਲ ਇੱਕ ਗੱਲ ਦੀ ਹੈਗੀ ਆ ਕਿ ਜਿਵੇਂ ਇਹਨਾਂ ਨੇ ਹੁਣੇ ਮਾਂਗੜ ਸਾਹਿਬ ਨੇ ਫਰਮਾਇਆ ਕਿ ਲਾਚ ਪ੍ਰੋਵੀਜ਼ਨ ਸੀਗੀ ਜੇ ਅਸਾਈਲਮ ਕਿਸੇ ਨੇ ਲੈਣੀ ਹੋਵੇ, ਮੈਂ ਇਸ ਮੇਰੇ ਭਰਾ ਨੂੰ ਪੁੱਛਣੀ ਚਾਹੁੰਦਾ ਹੈ ਕਿ ਤੁਸੀਂ ਜਦੋਂ ਦੀ ਸਮਝ ਲਓ ਸਰਕਾਰ 10 ਸਾਲ ਪਿਛਲੇ ਮਨਮੋਹਨ ਸਿੰਘ ਜੀ ਦੀ ਰਹੇਗੀ ਤੇ ਘੱਟੋ ਘੱਟ ਫਿਰ ਉਦੋਂ ਦੇ ਹੀ ਜਾਂਦੇ ਨਾ? ਇਹ ਸਵਾਲ ਹੈ, ਇਹ ਸਵਾਲ ਹੈ, ਉਦੋਂ ਦੇ ਤੁਸੀਂ ਦੇ ਜਾਂਦੇ ਸਭ ਨੂੰ ਤੇ ਅੱਜ ਸ਼ਾਇਦ ਇਸ ਕੇਂਦਰ ਦੀ ਸਰਕਾਰ ਨੂੰ ਅੱਜ ਇਹ ਉਦੋਂ ਅਫਗਾਨੀ ਸਿੱਖ ਹਾੜੇ ਕੱਢਦੇ ਰਹੇ, ਗੁਰਮਿਤ ਮੰਗ ਮੌਕਾ ਹੀ ਨਾ ਦਿੰਦੇ, ਉਦੋਂ ਹਾੜੇ ਸਾਰਿਆਂ ਨੂੰ ਦੇ ਦਿੰਦੇ ਤੇ ਮੌਕਾ ਹੀ ਨਾ ਮਿਲਦਾ ਅੱਜ ਕਿਸੇ ਨੂੰ ਦੂਜਿਆਂ ਨੂੰ। ਨਹੀਂ, ਬਹੁਤ ਅਹਿਮ ਸਵਾਲ ਹੈ ਕਿ ਛੋਟਾ ਬ੍ਰੇਕ ਲੈ ਕੇ ਸੁਖਵਿੰਦਰ ਵਾਪਸ ਆਊਂਗਾ। ਮੈਂ ਬਹੁਤ ਅਹਿਮ ਸਵਾਲ ਹੈਗਾ, ਸਿਆਸਤ ਤਾਂ ਆਪਦੇ ਤਰੀਕੇ ਨਾਲ ਹਰ ਚੀਜ਼ ਨੂੰ ਦੇਖਦੀ ਹੈਗੀ ਆ, ਕਿਉਂਕਿ ਇਹਨਾਂ ਨੂੰ ਵੋਟਾਂ ਵੀ ਚਾਹੀਦੀਆਂ ਹੁੰਦੀਆਂ ਨੇ, ਜਦੋਂ ਵੋਟਾਂ ਚਾਹੀਦੀਆਂ ਹੁੰਦੀਆਂ ਦੱਸਣਾ ਵੀ ਪੈਂਦਾ ਹੈਗਾ ਕਿ ਸਾਡਾ ਵੀ ਧੰਨਵਾਦ ਕਰ ਦਿਉ ਅਤੇ ਅਸੀਂ ਅੱਗੇ ਧੰਨਵਾਦ ਕਰ ਦਾਂਗੇ, ਤੁਸੀਂ ਸਾਡਾ ਸਵਾਗਤ ਕਰ ਦਿਉ, ਅਸੀਂ ਤੁਹਾਡਾ ਸਵਾਗਤ ਕਰ ਦਾਂਗੇ, ਪਰ ਸਵਾਗਤ ਦੇ ਵਿਚਾਲੇ ਆਵਾਜ਼ ਜਿਹੜੀ ਉੱਠਦੀ ਪਈ ਹੈਗੀ ਉਸ ਆਵਾਜ਼ ਦਾ ਮਤਲਬ ਕੀ ਹੈਗਾ ਅਤੇ ਕੇਂਦਰ ਸਰਕਾਰ ਇਸ ਆਵਾਜ਼ ਨੂੰ ਸੁਣਦੀ ਕਿੰਨਾ ਪਈ ਹੈਗੀ ਆ, ਸਵਾਲ ਇੱਥੇ ਆ ਕੇ ਰੁਕਦਾ ਹੈਗਾ। ਕਾਨੂੰਨ ਬਣ ਚੁੱਕਿਆ ਹੈਗਾ ਪਰ ਇਸ ਕਾਨੂੰਨ ਬਣਨ ਤੋਂ ਬਾਅਦ ਵੀ ਜੇ ਵਿਰੋਧ ਹੋ ਰਿਹਾ, ਇਹਦਾ ਮਤਲਬ ਵਿਰੋਧ ਦੇ ਵਿੱਚ ਕੋਈ ਦਮ ਤਾਂ ਹੈਗਾ। ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਰ ਪੁੱਛਾਂਗੇ। ਨਾਗਰਿਕਤਾ ਸੋਧ ਕਾਨੂੰਨ ਦੇ ਸਰਹੱਦੀ ਸੂਬੇ ਪੰਜਾਬ ਦਾ ਸੁਨੇਹਾ ਕੌਣ ਸੁਣੇਗਾ? ਹਾਂ ਸੁਖਵਿੰਦਰ, ਮੇਰਾ ਸਵਾਲ ਇਹ ਸੀਗਾ ਕਿ ਇਹ ਆਪਦੇ ਹਿਸਾਬ ਦੇ ਨਾਲ ਮਿਲਦੇ ਪਏ ਆ, ਇਹ ਆਪਦੇ ਹਿਸਾਬ ਦੇ ਨਾਲ ਮਿਲਦੇ ਪਏ ਆ, ਜਿਹੜਾ ਅਸਲ ਵਿੱਚ ਮਿਲਣਾ ਹੈਗਾ, ਜਿਹੜੀ ਸਾਂਝੀਵਾਲਤਾ ਦੀ ਗੱਲ ਅਸੀਂ ਕਰਦੇ ਪਏ ਹਾਂ, ਜਿਹੜੀ ਸੱਤਾ ਵਿੱਚੋਂ ਆਵਾਜ਼ ਉੱਠਣੀ ਚਾਹੀਦੀ ਹੈਗੀ ਆ, ਸਿਆਸਤ ਤਾਂ ਨਹੀਂ ਚਾਹੁੰਦੀ ਉਹ, ਇਹ ਤਾਂ ਮਿਲਣ ਦਾ ਪੰਜਾਬ ਦੇ ਲੋਕ ਆਪ ਸਿਆਣੇ, ਤੁਸੀਂ ਤਾਂ ਸਰਕਾਰ ਨੂੰ ਕ੍ਰੈਡਿਟ ਦੇ ਰਹੇ ਹੋ ਕਿ ਸਰਕਾਰ ਇੱਥੇ ਕਾਂਗਰਸ ਦੀ, ਇਸ ਕਰਕੇ ਸ਼ਾਂਤੀ ਹੈ? ਮੈਂ ਪਹਿਲੀ ਗੱਲ ਤਾਂ ਮੈਂ ਤੁਹਾਡੇ ਸਵਾਲ ਦਾ ਵੀ ਜਵਾਬ ਦਿੰਦਾ, ਪਹਿਲਾਂ ਜਿਹੜਾ ਬਰਾੜ ਸਾਹਿਬ ਨੇ ਸਵਾਲ ਕੀਤਾ ਸੀ ਕਿ ਇਹ ਸੱਥ ਜਿਹੜੀ ਸਾਰਿਆਂ ਦੀ ਸਾਂਝੀ ਹੁੰਦੀ ਆ, ਪਰ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਦਾ ਹੀ ਵਿਰੋਧ ਕਰ ਰਹੇ ਹਾਂ, ਅਸਲ 'ਚ ਵਿਰੋਧ ਗਲਤ ਦਾ ਕੀਤਾ ਜਾਂਦਾ, ਜਿਹੜਾ ਮੌਕੇ 'ਤੇ ਗਲਤ ਹੁੰਦਾ ਆ ਪਹਿਲਾਂ, ਜਿਹੜਾ ਮਸਲਾ ਚੱਲ ਰਿਹਾ, ਅਤੇ ਜਿਹੜਾ ਸੱਥ ਦੀ ਇਹਨਾਂ ਨੇ ਗੱਲ ਕੀਤੀ ਆ ਕਿ ਸਾਡੀ ਜਥੇਬੰਦੀ ਦਾ ਨਾਂ ਸੱਥ ਅਸੀਂ ਤਾਂ ਹੁਣ ਰੱਖਿਆ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਕੁਰਬਾਨੀਆਂ ਨਾਲ ਬਣੀ ਜਥੇਬੰਦੀ ਸੀ, ਉਹਦੇ 'ਤੇ ਇਹਨਾਂ ਨੇ ਇੱਕ ਪਰਿਵਾਰ ਦਾ ਕਬਜ਼ਾ ਕਰਵਾਤਾ ਆ। ਕਿਵੇਂ ਨੌਜਵਾਨ ਨਹੀਂ ਬੋਲਿਆ? ਜਵਾਬ ਦੇਤਾ ਅਗਲੀ ਮੇਰੀ ਗੱਲ,
ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਰਕਾਰ ਨੂੰ ਕ੍ਰੈਡਿਟ ਦੇ ਰਿਹਾ, ਸਰਕਾਰ ਨੂੰ ਮੈਂ ਕ੍ਰੈਡਿਟ ਨਹੀਂ ਦੇ ਰਿਹਾ, ਗੱਲ ਮੈਂ ਇਹ ਕਹਿ ਰਿਹਾ ਸਰਕਾਰ ਬਿਲਕੁਲ ਪਾਸੇ, ਕੈਪਟਨ ਅਮਰਿੰਦਰ ਸਿੰਘ ਆਪਣੀਆਂ ਮੌਜਾਂ ਕਰਦੇ ਨੇ, ਇੱਥੇ ਲੋਕਾਂ ਦਾ ਵਿਰੋਧ ਹੋ ਰਿਹਾ, ਪਰ ਵਿਰੋਧ ਕਦੇ ਲੋਕ ਹਿੰਸਕ ਲੋਕ ਨਹੀਂ ਕਰਦੇ ਆ, ਸਰਕਾਰਾਂ ਕਰਾਉਂਦੀਆਂ ਨੇ, ਸਰਕਾਰਾਂ ਵਿੱਚ ਆ ਕੇ ਗੜਬੜ ਕਰਦੀਆਂ ਨੇ। ਜਿਹੜਾ ਦਿੱਲੀ ਜਾਂ ਆਪਾਂ ਬਾਕੀ ਥਾਵਾਂ 'ਤੇ ਦੇਖਿਆ ਜਿਵੇਂ ਬੱਸਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ, ਤਾਂ ਜਿਹੜਾ ਹੁਣ ਤੁਸੀਂ ਮਤਲਬ ਇਹ ਕਿਹਾ ਕਿ ਜਿਹੜੇ ਦੋਵੇਂ ਧਿਰਾਂ ਨੇ ਰਾਜਨੀਤੀ ਕਰਦੀਆਂ, ਦੇਖੋ ਭਾਰਤ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਦੋਵੇਂ ਤਰ੍ਹਾਂ ਕਸੂਰਵਾਰ ਨੇ, ਬੀਜੇਪੀ ਅਤੇ ਕਾਂਗਰਸ। ਅਸੀਂ ਕੱਲ੍ਹ ਵੀ ਇਹ ਗੱਲ ਕਰਕੇ ਹਟੇ ਹਾਂ ਕਿ ਜਿਹੜੀ ਲੀਹ ਦੇ ਉੱਤੇ ਅੱਜ ਜਿਹਨੂੰ ਬੀਜੇਪੀ ਵਧਾ ਰਹੀ ਉਹ ਕਾਂਗਰਸ ਨੇ ਲੀਹ ਵਾਹੀ ਆ, ਉਹ ਕਮਿਊਨਲ ਮੁੱਢ ਤੋਂ ਹੀ ਜਿਹੜੀ ਇੰਡੀਆ ਦੀ ਪੋਲਿਟੀ ਆ ਉਹ ਕਮਿਊਨਲ ਰਹੀ ਆ, ਜਿਹਦੇ ਕਰਕੇ ਜਿਹੜੀ ਮੁਸਲਿਮ ਲੀਗ ਸੀ ਉਹ ਬੰਦਾ ਜਿਹੜਾ ਇਕਬਾਲ ਸੀ ਜਿਹੜਾ ਕਦੇ ਕਹਿੰਦਾ ਸੀ ਸਾਰੇ ਜਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਫਿਰ ਉਹਨੂੰ ਇਹ ਗੱਲ ਕਹਿਣੀ ਪੈ ਗਈ ਸੀ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ, ਉਦੋਂ ਦੀਆਂ ਜਿਹੜੀਆਂ ਸਾਰੀਆਂ ਉਦੋਂ ਦੀਆਂ ਹਰਕਤਾਂ ਸੀ ਇੱਥੋਂ ਦੇ ਕਾਂਗਰਸੀ ਆਗੂਆਂ ਦੀਆਂ ਉਹਨਾਂ ਦੇ ਸਦਕਾ ਜਿਹੜਾ ਪਾਕਿਸਤਾਨ ਹੋਣ ਚਾਹੇ ਅਤੇ ਪੰਜਾਬ ਨੂੰ ਵੱਡੀ ਵੰਡ ਸੈਣੀ ਪਈ। ਮੈਂ ਆਪਣੀ ਗੱਲ ਪੂਰੀ ਕਰਦਾ, ਮੈਨੂੰ 2 ਮਿੰਟ ਸਮਾਂ ਦਿਓ ਕਿ ਜਿਹੜਾ ਇਹ ਮਸਲਾ ਵੀ ਆ ਸੀਏ ਦਾ ਹੁਣ ਮਸਲਾ ਆ ਉਹ NRC ਨਾਲ ਜੁੜਿਆ ਹੋਇਆ। ਦੋ ਤਰ੍ਹਾਂ ਦੇ ਵਿਰੋਧ ਨੇ, ਉੱਤਰ ਜਿਹੜਾ ਉੱਤਰ ਪੂਰਬੀ ਸੂਬਿਆਂ ਦਾ ਵਿਰੋਧ ਉਹ ਵੱਖਰਾ ਆ, ਮੁਸਲਿਮ ਵਿਰੋਧ ਵੱਖਰਾ ਆ, ਸਿੱਖਾਂ ਦਾ ਜਿਹੜਾ ਸਾਡਾ ਸੱਥ ਦਾ ਕੰਸਰਨ ਸੀ, ਅਸੀਂ ਸਾਰੀਆਂ ਯੂਨੀਵਰਸਿਟੀਆਂ 'ਚ ਵਿਰੋਧ ਕੀਤਾ ਸੀ, ਪਹਿਲਾਂ ਨਹੀਂ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਉਵੇਂ ਮਸਲਾ ਨਹੀਂ ਜੁੜਿਆ, ਪਰ ਜਿਵੇਂ ਮੁਸਲਿਮ ਵਿਦਿਆਰਥੀਆਂ ਨੂੰ ਕੁੱਟਿਆ ਮਾਰਿਆ ਗਿਆ ਉਹ ਬਿਲਕੁਲ ਮਨੁੱਖੀ ਹੱਕਾਂ ਦਾ ਘਾਂਟ ਸੀ, ਉਹ ਇੱਕ ਘੱਟ ਗਿਣਤੀ ਦੇ ਉੱਤੇ ਜ਼ੁਲਮ ਸੀ, ਦਹਿਸ਼ਤ ਪਾਉਣ ਦੀ ਕੋਸ਼ਿਸ਼ ਜਿਹੜੀ ਅਸੀਂ 84 'ਚ ਝੱਲੀ ਆ, ਕਾਂਗਰਸ ਦੇ ਹੱਥੋਂ ਝੱਲੀ ਆ। ਅੱਜ ਜਦੋਂ ਮੁਸਲਮਾਨਾਂ ਦੇ ਉੱਤੇ ਬੀਜੇਪੀ ਕਰ ਰਹੀ ਸੀ ਤਾਂ ਅਸੀਂ ਉਹਨਾਂ ਦੇ ਸਮਰਥਨ 'ਚ ਖੜੇ ਹਾਂ। ਦੂਜੀ ਗੱਲ, ਜਿਹੜਾ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਕਰਾਇਆ ਜਾ ਰਿਹਾ, ਅਸੀਂ ਉਹਦੇ ਵਿਰੋਧ 'ਚ ਹਾਂ, ਸਿੱਖ ਉਹਦੇ ਵਿਰੋਧ 'ਚ, ਇਸ ਕਰਕੇ ਸਿੱਖ ਸੜਕਾਂ 'ਤੇ ਆ ਰਿਹਾ ਮੁਸਲਮਾਨਾਂ ਦੇ ਨਾਲ। ਤੀਜੀ ਗੱਲ, ਮੈਂ ਤੀਜਾ ਪੱਖ ਵੀ ਦੱਸਦਾ ਕਿ ਸਭ ਤੋਂ ਜਿਹੜਾ ਨੇੜੇ ਦਾ ਪੱਖ ਸਾਡੇ ਨਾਲ ਜੁੜਦਾ ਆ ਉਹ ਜੁੜਦਾ ਆ ਜਿਹੜਾ ਉੱਤਰ ਪੂਰਬੀ ਸੂਬਿਆਂ ਦਾ ਆ, ਪੰਜਾਬ ਨੂੰ ਉਹਦੇ ਨਾਲ ਖੜ। ਅਕਾਲੀ ਦਲ ਜੇ ਚਾਹੁੰਦਾ, ਅਕਾਲੀ ਦਲ ਨੂੰ ਸੋਚਣਾ ਚਾਹੀਦਾ ਸੀ ਕਿ ਉਹਦਾ ਸਟੈਂਡ ਕੀ ਹੋਵੇ। ਰੀਜਨਲ ਪਾਰਟੀ ਆ ਜਿਹੜੀ ਕਿ ਹਮੇਸ਼ਾ ਇਹ ਗੱਲ ਕਰਦੀ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਖੜਦੇ ਹਾਂ, ਤਾਂ ਪੰਜਾਬ ਦੇ ਹੱਕ ਉੱਤਰ ਪੂਰਬੀ ਸੂਬੇ ਨਾਲ ਜੁੜਦੇ ਆ। ਪੰਜਾਬ 'ਚ ਵੀ ਅੱਜ ਵੱਡੇ ਪੱਧਰ 'ਤੇ ਪ੍ਰਵਾਸ ਜਿਹੜਾ ਕਰਕੇ ਇੱਥੇ ਕਲੋਨੀਆਂ ਵਸਾਈਆਂ ਜਾ ਰਹੀਆਂ, ਚੰਡੀਗੜ੍ਹ ਦੀ ਆਬਾਦੀ ਦਾ ਇੰਨਾ ਵੱਡਾ ਫੇਰਬਦਲ ਕਰਤਾ ਕਿ ਅੱਜ ਪੰਜਾਬ ਦਾ ਲੱਗਦਾ ਹੀ ਨਹੀਂ ਹੈ ਚੰਡੀਗੜ੍ਹ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਨੀਤੀ ਦਾ ਹਿੱਸਾ ਆ, ਜਿਹੜੀ ਕਮਿਊਨਲ ਪੋਲਿਟਿਕਸ ਇੱਥੇ ਬੀਜੇਪੀ ਕਰ ਰਹੀ ਆ, ਆਪਣੇ ਵੋਟ ਬੈਂਕ ਸਥਾਪਿਤ ਕਰ ਰਹੀ ਆ, ਉਹਨਾਂ ਹਿੰਦੂਤਵ 'ਤੇ ਰਾਜਨੀਤੀ ਕਰਨੀ ਹੈ ਅਤੇ ਹਿੰਦੂ ਵੋਟ ਬੈਂਕ ਨੂੰ ਇਕੱਠਾ ਕਰ ਰਹੀ ਆ। ਇਹ ਉਸੇ ਪੋਲਿਟਿਕਸ ਦਾ ਹਿੱਸਾ ਜਿਹੜੀ ਦੇ ਖਿਲਾਫ ਉੱਤਰ ਪੂਰਬ 'ਚ ਵਿਰੋਧ ਹੋ ਰਿਹਾ। ਤਾਂ ਅਕਾਲੀ ਦਲ ਜਿਹੜੀ ਆ ਉਹਦੀ ਸਮੱਸਿਆ ਇਹੀ ਆ ਕਿ ਅਕਾਲੀ ਦਲ ਨੇ ਮਸਲੇ ਨੂੰ ਡੂੰਘਾਈ ਨਾਲ ਸਮਝਿਆ ਨਹੀਂ ਕਿ ਇਹ ਮਸਲਾ ਜਿਹੜਾ ਆ ਉਹ ਕਿੱਥੇ ਤੱਕ ਸਿਰਫ ਅਫਗਾਨੀ ਸਿੱਖਾਂ ਦੀ ਗੱਲ ਨਹੀਂ ਹੈ, ਗੱਲ ਦੂਰ ਦੀ ਆ, ਦੂਰ ਦੀ ਨਹੀਂ ਤੁਸੀਂ ਸੋਚ ਰਹੇ ਹੋ, ਇਹਦੇ ਜਿਹੜੇ ਇੰਪਲੀਕੇਸ਼ਨ ਆ ਉਹ ਸਿੱਖਾਂ ਦੇ ਉੱਤੇ ਹੀ ਬੜੇ ਮਾਰੂ ਪੈਣੇ ਆ ਹੁਣ ਵਾਲੇ ਸਮੇਂ। ਪ੍ਰਸੂਨ ਜੀ, ਸਵਾਲ ਇਹ ਹੈਗਾ ਕਿ ਉੱਤਰ ਪੂਰਬੀ ਸੂਬੇ ਦਾ ਜ਼ਿਕਰ ਹੋ ਰਿਹਾ, ਮੈਨੂੰ ਲੱਗਦਾ ਇਦੋਂ ਪਹਿਲਾਂ ਜਿਹੜੋ ਕੇਂਦਰ ਦੀ ਅਸੈਸਮੈਂਟ ਸੀ ਉਹਦੇ ਵਿੱਚ ਵੀ ਉੱਤਰ ਪੂਰਬੀ ਸੂਬੇ ਹੀ ਰਹਿ ਗਏ, ਵੀ ਉੱਥੇ ਜੋ ਵਿਰੋਧ ਹੋਇਆ ਚਲੋ ਉਹ ਉਸ ਨੂੰ ਹੋਰ ਤਰੀਕੇ ਨਾਲ ਦੇਖਿਆ ਜਾਵੇਗਾ। ਪਰ ਜਦੋਂ ਜਾਮੀਆਂ ਦੇ ਵਿੱਚ ਇਹ ਸਭ ਕੁਝ ਹੁੰਦਾ, ਉਸ ਤੋਂ ਬਾਅਦ ਸਰਕਾਰ ਨੂੰ ਸ਼ਾਇਦ ਇਹ ਅੰਦਾਜ਼ਾ ਹੀ ਨਹੀਂ ਸੀਗਾ ਕਿ ਵਿਰੋਧ ਐਡੀ ਵੱਡੀ ਪੱਧਰ 'ਤੇ ਫੈਲ ਜੂਗਾ। ਇਹ ਗੱਲ ਠੀਕ ਆ। ਅਸਲੀ ਮਕਸਦ ਦੇਖੋ, ਜਿਹੜੀ ਸੈਂਟਰ ਦੀ ਸਰਕਾਰ ਆ ਉਹਨਾਂ ਦਾ ਤਾਂ ਹੈ ਪੋਲਰਾਈਜ਼ ਕਰਨਾ, ਹੈ ਧਰੂਵੀਕਰਨ ਕਰਨਾ। ਜਿੰਨਾ ਮੁਸਲਿਮ ਜ਼ਿਆਦਾ ਭੜਕੂਗਾ ਉਨਾ ਹੀ BJP ਨੂੰ ਇਹ ਲੱਗਦਾ ਕਿ ਸਾਨੂੰ ਉਹਦਾ ਫਾਇਦਾ ਹੋ ਰਿਹਾ, ਕਿ ਇਸ ਹਿੰਦੂਆਂ ਦੇ ਵਿੱਚ ਇੰਜ ਲੱਗੂਗਾ ਕਿ ਉਸ ਕਿਸਮ ਦੀ ਅਸੀਂ ਦੇਖੋ ਇਹ ਸਾਡੀ ਹਿੰਦੂ ਸਰਕਾਰ ਆ, ਇਸ ਕਰਕੇ ਹੁਣ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਜਿਹੜੀ ਆ ਮਿਰਚਾਂ ਇਸ ਕਿਸਮ ਦੀਆਂ ਲੱਗ ਰਹੀਆਂ। ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ, ਸਮਾਜ ਨੂੰ ਵਿੱਚੋਂ ਕੱਟਣ ਦੀ ਰਾਜਨੀਤੀ ਹੈ, ਪਰ ਇਹ ਉਹ ਵਾਲਾ ਪ੍ਰਭਾਵ ਪੰਜਾਬ ਵਿੱਚ ਤਾਂ ਮੈਨੂੰ ਕਿਤੇ ਦਿਖਾਈ ਨਹੀਂ ਦੇ ਰਿਹਾ। ਪੰਜਾਬ 'ਚ ਕਿੱਥੋਂ ਹੋ ਜੂਗਾ, ਪੰਜਾਬ 'ਚ ਕਿਵੇਂ ਹੋ ਜੂਗਾ? ਪੰਜਾਬ ਦੇ ਵਿੱਚ 57% ਤੋਂ ਉੱਪਰ ਸਿੱਖ ਹੈਗੇ ਆ, ਪਰ ਇਹ ਪੰਜਾਬ ਵਿੱਚ ਵੀ ਹਰ ਭਾਈਚਾਰਾ ਰਹਿੰਦਾ। ਨਹੀਂ 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 ਨਹੀਂ, ਦੇਖੋ ਪੰਜਾਬ ਦਾ ਫਲਸਫਾ, ਪੰਜਾਬੀ ਬਿਲਕੁਲ ਸਾਰੇ ਭਾਰਤ ਨਾਲੋਂ ਅਲੱਗ ਆ, ਜਿਵੇਂ ਅਸਾਮ ਸਾਰੇ ਭਾਰਤ ਨਾਲੋਂ ਅਲੱਗ ਆ। ਅਸਾਮ ਦੀ ਜਿਹੜੀ ਮੰਗ ਆ ਉਹ ਅੱਜ ਦੀ ਮੰਗ ਨਹੀਂ ਹੈਗੀ ਭਾਸ਼ਾ ਨੂੰ ਲੈ ਕੇ ਕਿ ਅਸੀਂ ਆਪਣੀ ਭਾਸ਼ਾ, ਤੁਹਾਨੂੰ ਪਤਾ ਉਹਨਾਂ ਦੀ ਕਿੰਨੇ 47% ਅਸਾਮੀ ਬੋਲਦੇ ਇਲਾਕੇ ਰਹਿ ਗਏ ਆ, ਉਹ ਕਹਿੰਦੇ ਅਸੀਂ ਆਪਣੇ 'ਚ, ਅਸੀਂ ਅੱਜ 57% ਆ। ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ 20 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਅਸੀਂ ਵੀ 47% ਹੋਵਾਂਗੇ। ਅਕਾਲੀ ਦਲ ਨੂੰ ਇਸ ਗੱਲ ਦੀ ਕੋਈ ਚਿੰਤਾ ਹੈਗੀ ਹੈ ਕਿ ਅਸੀਂ ਆਪਣੇ ਹੀ ਸੂਬੇ ਦੇ ਵਿੱਚ, ਜਦੋਂ ਤੁਹਾਨੂੰ ਪਤਾ ਸੈਂਸਸ ਹੋਇਆ ਪੰਜਾਬੀ ਸੂਬੇ ਬਣਦਾ ਤੇ ਕਿੰਨੀ ਕਮਿਊਨਲ ਡਿਵਾਈਡ ਹੋ ਗਈ ਸੀ ਇਹ ਪਹਿਲਾਂ। ਸਾਡੇ ਵੀ ਇਹੋ ਜਿਹੇ ਬੀਜ ਹੈਗੇ ਆ, ਕਦੀ ਵੀ ਉਹ ਪਨਪ ਸਕਦੇ ਆ ਕਿ ਜਿੰਨੇ ਵੀ ਪੰਜਾਬੀ ਬੋਲਦੇ ਹਿੰਦੂ ਸੀ ਉਹਨਾਂ ਨੇ ਜ਼ਿਆਦਾਤਰ ਇਹੋ ਜਿਹੀ ਭਾਸ਼ਾ ਲਿਖਾਈ ਲਈ, ਲਿਖ ਲਓ ਜੀ ਮੇਰੀ ਹਿੰਦੀ ਬੋਲੀ 'ਚ, ਪੰਜਾਬੀ 'ਚ ਕਹਿ ਰਹੇ ਸੀ ਮੇਰੀ ਮਾਤ ਭਾਸ਼ਾ ਲਿਖ ਲਓ ਹਿੰਦੀ। ਇਸ ਕਿਸਮ ਦਾ ਕਮਿਊਨਲ ਡਿਵਾਈਡ ਹੋਇਆ ਸੀ ਪੰਜਾਬ ਨੂੰ ਛੋਟਾ ਕਰਨ 'ਚ, ਤਾਂ ਕਿ ਇਸ ਤਾਂ ਕਿ ਬਹੁਤੇ ਤੋਂ ਬਹੁਤੇ ਹਰਿਆਣੇ ਜਾਂ ਰਾਜਸਥਾਨ ਜਾਂ ਹਿਮਾਚਲ ਦੇ ਵਿੱਚ ਬੰਦੇ ਜਾ ਸਕਣ, ਖਾਸ ਕਰ ਬਾਰਡਰ 'ਤੇ। ਤਾਂ ਇਸ ਗੱਲ ਦਾ ਇਹ ਫਰਕ ਪਿਆ ਹੀ ਪਿਆ ਇਸ ਭਾਸ਼ਾ ਨੂੰ ਇਸ ਕਿਸਮ ਨਾਲ ਜਿਹੜਾ ਕਮਿਊਨਲ ਡਿਵਾਈਡ ਦੇਣ ਦਾ। ਸਵਾਲ ਇਹ ਹੈਗਾ ਕਿ ਪੰਜਾਬੀ ਇੱਕ ਇਹੋ ਜਿਹੇ ਹੈਗੇ ਆ, ਬੜੀ ਛੋਟੀ ਜਿਹੀ ਕਮਿਊਨਿਟੀ ਆ। ਅਸਾਮ 'ਤੇ 3.3 ਕਰੋੜ ਹੈਗੇ, ਸਾਡੇ ਨਾਲੋਂ ਜ਼ਿਆਦਾ ਹੈਗੇ ਆ।
ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਸਿੰਧ ਦੇ ਵਿੱਚ ਇੱਕ ਪਿੰਡ ਹੈਗਾ ਮੀਠੀ ਟਾਊਨ ਹੈਗਾ ਛੋਟਾ ਜਿਹਾ ਮੀਠੀ, ਉਹਦੇ 'ਚ 80% ਹਿੰਦੂ ਆ ਅਤੇ 20% ਹਿੰਦੂ ਮਜੋਰਟੀ ਹੈਗਾ, ਜਿੱਥੇ 80% ਹਿੰਦੂ ਆ ਅਤੇ 20% ਮੁਸਲਮਾਨ ਹੈਗੇ ਆ। ਇੰਨਾ ਜ਼ਿਆਦਾ ਭਾਈਚਾਰਾ ਕਿ ਰਮਜ਼ਾਨ ਦੇ ਉੱਤੇ ਹਿੰਦੂ 80% ਹੋਣ ਦੇ ਬਾਵਜੂਦ ਵੀ ਵਰਤ ਰੱਖਦੇ ਆ। ਪਿੰਡ ਦੇ ਉਸ ਸ਼ਹਿਰ ਦੇ ਵਿੱਚ, ਛੋਟੇ ਜਿਹੇ ਸ਼ਹਿਰ ਦੇ ਵਿੱਚ ਕੋਈ ਗਊ ਨਹੀਂ ਕੱਟੀ ਜਾਂਦੀ ਮੁਸਲਮਾਨਾਂ ਵੱਲੋਂ। ਇਸੇ ਤਰ੍ਹਾਂ ਈਦ ਹੋਰ ਸਾਰਾ ਇੱਕਦਮ ਕੋਈ ਜਦੋਂ ਉਹ ਆਪਣਾ ਨਮਾਜ਼ ਪੜ੍ਹਦੇ ਆ ਕੋਈ ਮੰਦਰ 'ਚ ਘੰਟੀ ਨਹੀਂ ਖੜਕਦੀ, ਅਤੇ ਜਦੋਂ ਮੰਦਰ 'ਚ ਘੰਟੀ ਖੜਕਦੀ ਉਹ ਨਮਾਜ਼ ਦੇ ਵਿੱਚ ਆਪਣਾ ਉਸ ਤਰ੍ਹਾਂ। ਇਸ ਕਰਕੇ ਇੰਨਾ ਭਾਈਚਾਰਾ ਇਹਦੇ ਨਾਲੋਂ ਵੱਧ ਕੀ ਹੋ ਸਕਦਾ? ਮੈਂ ਇਸ ਕਰਕੇ ਕਹਿੰਦਾ ਹਾਂ ਕਿ ਦੇਸ਼ ਨੂੰ ਜਿਸ ਤਰੀਕੇ ਨਾਲ ਹੁਣ ਵੰਡਿਆ ਜਾ ਰਿਹਾ ਉਹ ਬੜਾ ਖਤਰਨਾਕ ਹੈਗਾ ਆ। ਇਸ ਤੋਂ ਸਾ ਜਿਹੜਾ ਔਰ ਜਿੱਥੇ ਤੱਕ ਪੰਜਾਬ ਦੀ ਗੱਲ ਹੈਗੀ ਆ, ਇਸ ਗੱਲ ਤੋਂ ਸਾਨੂੰ ਚਿੰਤਤ ਹੋਣਾ ਚਾਹੀਦਾ ਆ ਕਿ ਜੇ ਧਰਮਾਂ ਦੇ ਨਾਂ ਦੇ ਉੱਤੇ ਇਹ ਬਿਲਕੁਲ, ਮੈਂ ਗੋਆ ਦਾ ਮੈਂ ਆਪਣਾ ਤੁਹਾਨੂੰ, ਮੈਂ ਉੱਥੇ ਰਹਿ ਗਿਆ 7 ਸਾਲ, ਮੈਂ ਤੁਹਾਨੂੰ ਉਹਦੀ ਕੰਕਰੀਟ ਐਗਜ਼ਾਮਪਲ ਦਿਵਾਉਣਾ ਕਿ ਜਿਹੜਾ ਕਾਟ ਦੇ ਵਿੱਚ 65% ਉੱਥੇ ਕ੍ਰਿਸਚੀਅਨ ਸੀਗੇ, ਅੱਜ ਉੱਥੇ ਕ੍ਰਿਸਚੀਅਨ ਮੇਰਾ ਖਿਆਲ ਹੈ ਕਿ 35% ਤੋਂ ਵੱਧ ਨਹੀਂ ਹੈਗੇ, ਉਲਟਾ ਹੋ ਗਿਆ। ਅਤੇ ਤਾਂ ਹੀ ਉੱਥੇ BJP ਦੀ ਵਾਰ ਵਾਰ ਸਰਕਾਰ ਬਣਦੀ, ਉੱਥੇ ਨੈਸ਼ਨਲ ਮੀਟਿੰਗਾਂ ਵੀ ਹੁੰਦੀਆਂ। ਕੀ ਇਸ ਭਾਸ਼ਾ ਦਾ, ਇਸ ਸੱਭਿਆਚਾਰ ਦਾ, ਇਸ ਕਿਸਮ ਦੀ ਜਿਹੜੀ ਜੁੜਤ ਸੀਗੀ ਸਾਡੀ ਸਿੱਖਾਂ ਦੀ, ਹਿੰਦੂਆਂ ਦੀ ਜਾਂ ਕਿਸੇ ਕਿਸਮ ਦੀ ਵੀ, ਉਹ ਸਾਰੀ ਜਿਹੜੀ ਜੁੜਤ ਸੀ ਇੱਥੇ ਸੂਫੀਆਂ ਵਾਲੀ ਧਰਤੀ 'ਤੇ ਜਿੱਥੇ ਕੋਈ ਕਿਸੇ ਕਿਸਮ ਦਾ ਮਜ਼ਹਬੀ ਫਿਰਕੂਪਣਾ ਨਹੀਂ ਸੀਗਾ, ਉਸ ਨੂੰ ਬਚਾਉਣ ਲਈ, ਉਸ ਸੱਭਿਆਚਾਰ ਅਤੇ ਸੋਚ ਅਤੇ ਇਤਿਹਾਸ ਨੂੰ ਬਚਾਉਣ ਲਈ ਜਿਹਦੇ ਵਾਰਸ ਸਿੱਖ ਹੈਗੇ ਆ, ਅਕਾਲੀ ਦਲ ਨੂੰ ਕੋਈ ਚਿੰਤਾ ਹੈ? ਬਚਨ ਜੀ ਬਰਾੜ, ਤੁਸੀਂ ਕਮਿਊਨਲ ਡਿਵਾਈਡ ਦੇ ਏਜੰਡੇ ਵਿੱਚ ਫਸ ਤਾਂ ਨਹੀਂ ਗਏ? ਨਹੀਂ, ਮੇਰਾ ਨਹੀਂ ਖਿਆਲ ਜਿੰਨੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ। ਮੈਂ ਇੱਕ ਬੇਨਤੀ ਕਰਦੇ ਹਾਂ, ਜੋ ਸਾਡਾ ਮੌਕੇ ਦੇ ਹਿਸਾਬ ਨਾਲ ਫੈਸਲਾ ਲੈਣਾ ਬਣਦਾ ਸੀ, ਕਿਉਂਕਿ ਅਸੀਂ ਸਿੱਖਾਂ ਦੇ ਹਿੰਦੂਆਂ ਦੀ ਬਹੁਤ ਚਿਰ ਦੇ ਲੜਾਈ ਲੜਦੇ ਸੀ, ਇਹ ਪਹਿਲੀ ਗੱਲ ਤਾਂ ਇਹ ਹੈਗਾ। ਅਤੇ ਸਾਡਾ ਅੱਜ ਵੀ ਹਮਦਰਦੀ ਜਿਹੜੀ ਇਸ ਗੱਲ ਨਾਲ ਹੈਗੀ ਆ, ਔਰ ਜੇ ਕੋਈ ਮੁਸਲਮਾਨ ਭਰਾਵਾਂ ਨੂੰ ਇਹ ਰਾਈਟ ਨਹੀਂ ਮਿਲੂਗਾ, ਅੱਗੇ ਅਸੀਂ ਜੋ ਲੜਾਈ ਲੜਨੀ ਪਈ, ਫਾਈਟ ਕਰਨੀ ਪਈ, ਉਹਨਾਂ ਲਈ ਵੀ ਕਰਾਂਗੇ। ਇੱਕ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਲਾਅ ਬਣ ਗਿਆ, ਰਾਸ਼ਟਰਪਤੀ ਸਾਹਿਬ ਦੇ ਸਾਈਨ ਹੋ ਗਏ ਆ, ਜਦੋਂ ਹੋਣੀ ਆ ਤਬਦੀਲੀ ਹੋਣੀ ਹੈ। ਅਗਰ ਇਹਦੇ ਵਿੱਚ ਇਹਦੇ ਨਾਲ ਨਾ ਰਾਈਟ ਮਿਲੂਗਾ ਕਿਸੇ ਨੂੰ, ਤਾਂ ਅਸੀਂ ਆਪਦੀ ਲੜਾਈ ਜਿਹੜੀ ਆ ਲੜਾਂਗੇ। ਇੱਕ ਬੇਨਤੀ ਕਰਦੇ ਹਾਂ, ਇੱਕ ਮੇਰੇ ਸਾਥ ਵਾਲੇ ਵੀਰ ਨੂੰ ਮੈਂ ਫਿਰ ਕਹੂੰਗਾ, ਇਹਨੂੰ ਅਕਾਲੀ ਦਲ ਬਹੁਤ ਚੁਭਦਾ ਜਿੰਨੀਆਂ ਇਹਨਾਂ ਨੇ ਗੱਲਾਂ ਕੀਤੀਆਂ ਹੈ। ਮੈਂ ਇਸ ਭਰਾ ਨੂੰ ਯਾਦ ਕਰਾ ਦਿਆਂ ਕਿ ਤੁਹਾਨੂੰ ਮੂੰਹ ਦੇ ਮੂੰਹ ਅਸੀਂ SOI ਦੀਆਂ ਵੋਟਾਂ 'ਚ ਵੀ, ਯੂਨੀਵਰਸਿਟੀ 'ਚ ਤੁਹਾਡੇ ਘਰੇ ਹੀ ਮਾਰ ਕੇ ਹਟੇ ਹਾਂ। ਕਿਰਪਾ ਕਰਕੇ ਜਦੋਂ ਇਹੋ ਜਿਹੇ ਸਾਂਝੇ ਮੁੱਦੇ ਹੋਣ, ਜ਼ਰੂਰੀ ਨਹੀਂ ਕਿ ਆਪਾਂ ਇਕੱਲੇ ਪਾਰਟੀਆਂ ਵਾਜ਼ੀ ਭੰਡਣਾ ਹੁੰਦਾ, ਤੁਸੀਂ ਕਿਸੇ ਨੂੰ ਨਹੀਂ ਹੋਰ ਭੰਡ ਰਹੇ, ਸਿੱਧਾ ਸਾਡੇ 'ਤੇ ਨਿਸ਼ਾਨਾ ਲੈ ਰਹੇ ਹੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਤਰੱਕੀ ਕਰੋ, ਨੌਜਵਾਨ ਮੁੰਡੇ ਹੋ, ਤੁਹਾਡੇ ਮੋਢਿਆਂ 'ਤੇ ਹੀ ਆਉਣ ਵਾਲਾ ਭਵਿੱਖ ਹੈਗਾ, ਪਰ ਕਿਰਪਾ ਕਰਕੇ ਜ਼ਾਤੀ ਤੌਰ 'ਤੇ ਜਿਹੜੇ ਇਸ ਕਿਸਮ ਦੇ ਸਵਾਲ ਉਠਾਉਣੇ ਜਾਂ ਗੱਲਾਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ। ਫਿਰ ਵੋਟ ਦੀ ਰਾਜਨੀਤੀ ਹੈ, ਇਹਨਾਂ ਨੇ ਸਾਰੀ ਗੱਲ ਹੀ ਵੋਟ ਦੀ ਕੀਤੀ ਆ, ਹਾਲਾਂਕਿ ਅੱਗੇ ਜੀ ਭਾਜਪਾ ਵੋਟਰਾਂ ਕਰਕੇ ਫਸ ਗਈ, ਅਕਾਲੀ ਦਲ ਇਹ ਹੋ ਗਿਆ ਉਹ ਹੋ ਗਿਆ, ਅਤੇ ਭਾਈ ਵੋਟਾਂ ਦੀ ਰਾਜਨੀਤੀ ਤਾਂ ਤੁਸੀਂ ਤਾਂ ਪਹਿਲਾਂ ਹੀ ਮਾਰ ਖਾ ਚੁੱਕੇ ਹੋ। ਇਸ ਕਰਕੇ ਮੇਰਾ ਨਹੀਂ ਖਿਆਲ ਇਹੋ ਜਿਹੀਆਂ ਗੱਲਾਂ ਅੱਜ ਦੇ ਮੁੱਦੇ ਤੇ ਗੱਲਾਂ ਕਰਨੀਆਂ। ਯੂਨੀਵਰਸਿਟੀ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਸ਼ਾਂਤੀਪੂਰਵਕ ਹੋਇਆ, ਇੱਕ ਮਿੰਟ ਸੁਖਿੰਦਰ, ਸ਼ਾਂਤੀਪੂਰਵਕ ਹੋਇਆ ਨਾ? ਮੈਨੂੰ ਲੱਗੀ ਨਹੀਂ ਕਿਤੇ ਕੋਈ ਗੱਲ ਵਧੀਆ ਹੋਇਆ ਨਾ, ਪ੍ਰੋਟੈਸਟ ਠੀਕ ਹੋਇਆ ਨਾ, ਇਹੋ ਜਿਹਾ ਹੋਣਾ ਚਾਹੀਦਾ, ਮੈਨੂੰ ਨਹੀਂ ਕੋਈ ਇਹੋ ਜਿਹੀ ਖਬਰ ਆਈ। SOI ਨੂੰ ਉੱਥੇ ਭੇਜ ਦਿੰਦੇ, ਫਿਰ ਪ੍ਰੋਟੈਸਟ ਕਰ ਲੈਂਦੇ ਨਾ ਮੁਸਲਮਾਨਾਂ ਦੇ ਹੱਕ ਦੀ ਗੱਲ ਹੁੰਦੀ ਹੈ। SOI ਉੱਥੇ ਜਿਹੜਾ ਆਪਦਾ ਰੋਲ ਅਪਲਾਈ ਕਰੂਗੀ ਜਦੋਂ, ਨਹੀਂ ਮੁੱਦੇ ਮੂੰਹ ਤੁਸੀਂ ਉਹਨਾਂ ਨੂੰ ਤਾਂ ਸਿੱਟਦਾ, ਪਰ SOI ਨੂੰ ਉੱਥੇ ਭੇਜ ਦਿੰਦੇ, ਪ੍ਰੋਟੈਸਟ ਕਰ ਲੈਂਦੇ ਨਾ। ਮੇਰੀ ਇੱਕ ਬੇਨਤੀ ਹੈ, ਜੇ ਮੁਸਲਮਾਨਾਂ ਨੂੰ ਰਾਈਟ ਨਹੀਂ ਮਿਲੂਗਾ ਤੇ ਅਸੀਂ ਲੜਾਂਗੇ ਅੱਗੇ ਹੋ ਕੇ। ਗੁਰਮੀਤ ਮੰਗੜ, ਹਾਂਜੀ, ਕੈਪਟਨ ਅਮਰਿੰਦਰ ਸਿੰਘ ਮੁਖਾਲਫਤ ਕਰਦੇ ਪਏ ਆ, ਉਹ ਮੁਖਾਲਫਤ ਸਿਰਫ ਸਿਆਸੀ ਹੈ, ਉਹਦਾ ਕੋਈ ਹਕੀਕਤ ਦੇ ਵਿੱਚ ਕੁਛ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਸਾਡੀ ਪਾਰਟੀ ਦਾ ਸਟੈਂਡ ਅਤੇ ਸਾਡੇ CM ਸਾਹਿਬ ਦਾ ਸਟੈਂਡ ਸੇਮ ਹੈ। ਸਾਨੂੰ ਇਹਨਾਂ ਨੇ ਬਿੱਲ ਪਾਸ ਕਰਤਾ, ਇਹਨਾਂ ਕੋਲ ਕਲੀਅਰ ਮੈਜੋਰਿਟੀ ਸੀ। ਸਾਡਾ ਇੱਕੋ ਉਹ ਸੀਗਾ ਵੀ ਪਹਿਲੀ ਦੋ ਫੈਕਟਰ ਨੇ ਰਾਦਰ, ਵੀ ਇੱਕ ਇਹਨੂੰ NRC ਦੇ ਨਾਲ ਜੋੜ ਕੇ ਦੇਖਿਆ ਜਾਵੇ, ਦੂਜਾ ਵੀ ਜੇ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ, ਤਾਂ ਹਿਊਮਨ ਰਾਈਟ ਵਾਇਲੇਸ਼ਨ ਕੋਈ ਰਿਲੀਜਨ ਸਪੈਸੀਫਿਕ ਨਹੀਂ ਹੁੰਦੀ, ਹਿਊਮਨ ਰਾਈਟ ਵਾਇਲੇਸ਼ਨ ਕਿਸੇ ਦੀ ਵੀ ਹੋ ਸਕਦੀ ਹੈ, ਅਤੇ ਇਹਦੇ ਵਿੱਚ ਮੁਸਲਿਮਸ ਨੂੰ ਵੀ ਇੰਕਲੂਡ ਕਰਨਾ ਚਾਹੀਦਾ ਸੀਗਾ। ਔਰ ਜਿੱਦਾਂ ਬਰਾੜ ਸਾਹਿਬ ਨੇ ਕਿਹਾ, ਅਤੇ ਤੁਸੀਂ ਸੁਖਬੀਰ ਬਾਦਲ ਜੀ ਦੀ ਸਟੇਟਮੈਂਟ ਸੁਣਾਈ ਹੈ ਕਿ ਲਾਰਜਰ ਇੰਟਰਸਟ ਉਹਦੇ ਵਿੱਚ ਦੇਖਣਾ ਚਾਹੀਦਾ, ਸ਼ਾਇਦ ਇਹਨਾਂ ਨੇ ਲਾਰਜਰ ਇੰਟਰਸਟ ਦੇਖਿਆ ਨਹੀਂ। ਲਾਰਜਰ ਇੰਟਰਸਟ ਇਹਦੇ ਵਿੱਚ ਤਾਂ ਹੁੰਦਾ ਵੀ ਜੇ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ, NRC ਦੇ ਵਿੱਚ ਇਹਨਾਂ ਨੇ ਦੇਸ਼ ਦਾ ਇੰਨਾ ਪੈਸਾ ਖਰਾਬ ਕਰਤਾ, ਉਦੋਂ ਬਾਅਦ ਜਿਹੜੇ ਰਿਜ਼ਲਟਸ ਆਏ ਉਹ ਸਾਰਿਆਂ ਨੂੰ ਪਤਾ ਆ, ਉਸ ਤੋਂ ਬਾਅਦ ਆ ਸੰਸ਼ੋਧਨ ਕਰਤਾ। ਤੁਸੀਂ ਅਕਾਲੀ BJP ਤੋਂ ਸਵਾਲ ਕਰਦੇ ਹੋ, ਆਪਦੇ ਸਵਾਲ ਦਾ ਜਵਾਬ ਕਿਹੜੀ ਦਿੰਦੇ? ਤੁਸੀਂ ਫਿਰ ਅਫਗਾਨੀ ਸਿੱਖਾਂ ਨੂੰ ਜਿਹੜੇ ਸ਼ਰਨਾਰਥੀ ਹੈਗੇ ਸੀ ਉਹਨੂੰ ਦੇਣ ਦੇਣਾ ਨਾਗਰਿਕਤਾ, ਉਹਦੇ ਵਿੱਚ ਕੋਈ ਨਾ ਕੋਈ ਕੰਪਲੀਕੇਸ਼ਨ ਰਹੀ ਹੋਊਗੀ। ਤੁਸੀਂ ਹੈ ਨਾ ਸਿੱਖਾਂ ਨੂੰ ਕੁੱਟਿਆ ਮਾਰਿਆ, ਤੁਸੀਂ ਹੋ ਨਾ,
ਸਵਾਲ ਹੈ ਗੁਰਮਨੀਤ ਮੰਗੜ ਤਾਂ ਤਾਂ ਤੁਹਾਡੇ ਤੇ ਸਵਾਲ ਉੱਠਦੇ ਪਏ ਆ ਦੇਖੋ ਜੀ ਜੇ ਤੁਹਾਡੀ ਨੀਤ ਸਾਫ਼ ਹੁੰਦੀ ਨਾ ਤੁਹਾਡੀ ਨੀਤ ਸਾਫ਼ ਹੁੰਦੀ ਤੇ ਫਿਰ ਸ਼ਾਇਦ ਇਹ ਲੀਕ ਹੈ ਨਾ ਜਿਹੜੀ ਨਾ ਵੱਜ ਜਿਹੜੀ ਹੁਣ ਵੱਜਦੀ ਪਈ ਆ ਹੁਣ ਇੱਕ ਮਿੰਟ ਆ ਤੁਸੀਂ ਆ ਗੱਲ ਕੀਤੀ ਮੈਂ ਦੋ ਚੀਜ਼ਾਂ ਕਰਨੀ ਬੰਦੀ ਹੈ ਕਿਉਂ ਕਰਾਂ ਬਿਲਕੁਲ ਮੈਂ ਉਦਣ ਵੀ ਤੁਹਾਡੇ ਇਸੇ ਸ਼ੋਅ ਤੇ ਉਹ ਕਿਹਾ ਸੀਗਾ ਵੀ ਸਾਡੀ ਪਾਰਟੀ ਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਪਾਰਲੀਮੈਂਟ 'ਚ ਖੜੇ ਹੋ ਕੇ ਮਾਫ਼ੀ ਮੰਗੀ ਹੈ ਵੀ ਸਾਡੀ ਪਾਰਟੀ ਨੇ ਇਹ ਬੜੀ ਅਨਫੋਰਚੂਨੇਟ ਮਾਫੀ ਮੰਗ ਲਈ ਟਾਈਟਲ ਨੂੰ ਨਾਲ ਬਿਠਾਉਂਦੇ ਹੋ ਤੁਸੀਂ ਤੁਸੀਂ ਟਾਈਟਲ ਨੂੰ ਨਾਲ ਬਿਠਾਉਂਦੇ ਹੋ ਜਿਹੜੇ ਪ੍ਰੋਟੈਸਟ ਕਰਦੇ ਹੋ ਤੁਸੀਂ ਸਿੱਖਾਂ ਦੇ ਤੁਹਾਡਾ ਕੰਮ ਨਾਲ ਅਜੰਡਾ ਨਹੀਂ ਹੈਗਾ ਤੁਸੀਂ ਟਾਈਟਲ ਨੂੰ ਨਾਲ ਬਿਠਾ ਰਹੇ ਹੋ ਜਿਹੜਾ ਯਾਰ ਸਾਡਾ ਮਾਗੜ ਸਾਹਿਬ ਇਧਰ ਜਵਾਬ ਦਿਓ ਮਾਗੜ ਸਾਹਿਬ ਇਧਰ ਜਵਾਬ ਦਿਓ ਤੁਹਾਡਾ ਕੰਮ ਨਾਲ ਅਜੰਡਾ ਨਹੀਂ ਹੈਗਾ ਤੁਸੀਂ ਟਾਈਟਲ ਨੂੰ ਨਾਲ ਬਿਠਾ ਕੇ ਪ੍ਰੋਟੈਸਟ ਕਰ ਰਹੇ ਹੋ ਦਿੱਲੀ 'ਚ ਬਈ ਹੁਣ ਮੇਰੀ ਗੱਲ ਸੁਣੋ ਉਹ ਸਬ ਜੋਡੇਸ ਹੈਗਾ ਟਾਈਟਲ ਵਾਲਾ ਕੇਸ ਜੇ ਉਹ ਅਕਿਊਜ਼ ਹੋਊਗਾ ਉਹਦੇ ਤੇ ਤੁਸੀਂ ਤੁਸੀਂ ਸੱਜਣ ਕੁਮਾਰ ਵੀ ਇਹੀ ਕਹਿੰਦੇ ਸੀਗੇ ਸੱਜਣ ਕੁਮਾਰ ਵੀ ਇਹੀ ਕਹਿੰਦੇ ਸੀ ਸਬ ਜੋਡੇਸ ਤਾਂ ਫਿਰ ਸੱਜਣ ਕੁਮਾਰ ਤੇ ਐਕਸ਼ਨ ਹੋ ਗਿਆ ਨਾ ਐਕਸ਼ਨ ਕੀ ਹੋ ਗਿਆ ਜਦੋਂ ਉੱਥੇ ਅਦਾਲਤ ਨੇ ਕਟਹਿਰੇ 'ਚ ਖੜਾ ਕਰਤਾ ਉਦੋਂ ਕਹਿੰਦੇ ਜੀ ਪਾਰਟੀ 'ਚੋਂ ਬਾਹਰ ਕਰਦੇ ਆ ਤਾਂ ਪਹਿਲਾਂ ਤੁਸੀਂ ਪਾਰਟੀ ਨਾਲ ਰੱਖੀ ਰੱਖਿਆ ਮੇਰੀ ਗੱਲ ਸੁਣੋ ਕੇਪੀ ਜੀ ਮੈਂ ਫਿਰ ਉਹੀ ਗੱਲ ਕਹਿਣਾ ਵੀ ਜੇ ਉਹ ਅਨਫੋਰਚੂਨੇਟ ਗੱਲ ਹੋਈ ਹੈ ਠੀਕ ਹੈ ਉਹਦੇ 'ਚੋਂ ਕੋਈ ਬਲੈਕ ਸਪੌਟ ਸੀਗਾ ਬਲੈਕ ਲਈ ਕਾਂਗਰਸ ਮਾਫੀ ਮੰਗੂਗੀ ਹੁਣ ਮੈਂ ਹੁਣ ਫਿਰ ਮਾਫੀ ਮੰਗ ਲੈਣਾ ਜੀ ਨਹੀਂ ਕੇਪੀ ਜੀ ਦੂਜੀ ਗੱਲ ਇਹ ਹੈ ਕਿ ਜਿਹੜਾ ਦੇਸ਼ ਦਾ ਬਟਵਾਰਾ ਹੋਇਆ ਸੀਗਾ ਨਾ ਜੀ ਉਹ ਸਾਡੀ ਪਾਰਟੀ ਨੇ ਕਿਹਾ ਸੀਗਾ ਇਹ ਮੁਲਕ ਸਾਰਿਆਂ ਦਾ ਬਰਾਬਰ ਹੋਊਗਾ ਮੁਸਲਿਮ ਲੀਗ ਤੇ ਇਹਨਾਂ ਦੀ ਭਾਈਵਾਲ ਪਾਰਟੀ RSS ਇਹ ਚਾਹੁੰਦੇ ਸੀਗੇ ਹਿੰਦੂ ਰਾਸ਼ਟਰ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਤੁਹਾਡੇ ਬਿਲਕੁਲ ਔਰ ਇਹ ਹਿੰਦੂ ਰਾਸ਼ਟਰ ਦੀ ਇਹਨਾਂ ਦਾ ਏਜੰਡਾ ਸੀਗਾ ਅੱਜ ਵੀ ਇਹ ਹਿੰਦੂ ਰਾਸ਼ਟਰ ਸੱਤਾ ਦੀ ਭੁੱਖ ਅੱਜ ਵੀ ਇਹ ਹਿੰਦੂ ਰਾਸ਼ਟਰ ਮੰਗ ਰਿਹਾ ਹੈ ਬ੍ਰੇਕ ਤੋਂ ਵਾਪਸ ਇਹ ਸਾਰਾ ਕੁਝ ਹਿੰਦੂ ਰਾਸ਼ਟਰ ਦੀ ਤਰਫ ਜਾ ਰਿਹਾ ਸਾਰੀ ਡਿਬੇਟ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਕਿ ਇਸ ਦਾ ਏਜੰਡਾ ਕੀ ਹੈਗਾ ਰਾਹ ਕਿੱਧਰ ਨੂੰ ਜਾ ਰਿਹਾ ਹੈਗਾ ਸਾਰੇ ਹਿੰਦੂ ਰਾਸ਼ਟਰ ਦਾ ਜ਼ਿਕਰ ਕਿਉਂ ਕਰਦੇ ਪਏ ਹੈਗੇ ਸਵਾਲ ਇੱਥੇ ਆ ਰੁਕਦਾ ਹੈਗਾ ਪਰ ਪੰਜਾਬ ਇਹ ਹਿੰਦੂ ਰਾਸ਼ਟਰ ਵਾਲੀ ਜਿਹੜੀ ਰਾਜਨੀਤੀ ਹੈਗੀ ਹੈ ਉੱਥੇ ਕਿੱਥੇ ਸਟੈਂਡ ਕਰਦਾ ਹੈਗਾ ਪੰਜਾਬ ਦਾ ਸਵਾਲ ਕਿਹੜਾ ਹੈਗਾ ਅਤੇ ਪੰਜਾਬ ਦੀ ਆਵਾਜ਼ ਨੂੰ ਕਿਹੜੀ ਪੋਲੀਟੀਕਲ ਪਾਰਟੀ ਸੁਣਦੀ ਪਈ ਹੈ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈਗਾ ਬ੍ਰੇਕ ਤੋਂ ਵਾਪਸ ਆ ਰਹੇ ਨਾਗਰਿਕਤਾ ਸੋਧ ਕਾਨੂੰਨ ਤੇ ਸਰਹੱਦੀ ਸੂਬੇ ਪੰਜਾਬ ਦਾ ਸੁਨੇਹਾ ਕੌਣ ਸੁਣੇਗਾ ਪ੍ਰਸਮਜੀਤ ਸਿੰਘ ਇੱਕ ਛੋਟਾ ਜਿਹਾ ਮੈਨੂੰ ਕਮੈਂਟ ਤੁਹਾਡੇ ਤੋਂ ਚਾਹੀਦਾ ਆਰਿਆ ਸੁਖਵਿੰਦਰ ਸਿੰਘ ਛੋਟਾ ਜਿਹਾ ਕਮੈਂਟ ਤੁਹਾਡੇ ਤੋਂ ਚਾਹੀਦਾ ਕਮਿਊਨਲ ਏਜੰਡੇ ਦੀ ਤੁਸੀਂ ਵਾਰ ਵਾਰ ਜ਼ਿਕਰ ਕਰ ਰਹੇ ਹੋ ਜਿਹੜਾ ਸੈਕੂਲਰ ਸ਼ਬਦ ਸਾਨੂੰ ਮਿਲਿਆ ਹੋਇਆ ਧਰਮ ਨਿਰਪੱਖਤਾ ਵਾਲਾ ਸ਼ਬਦ ਮਿਲਿਆ ਹੋਇਆ ਉਹ ਮਾਈਨਸ ਹੋ ਗਿਆ ਦੇਖੋ ਅਜੇ ਮਾਈਨਸ ਨਹੀਂ ਹੈ ਲੋਕਾਂ ਦੇ ਦਿਲਾਂ 'ਚ ਨਹੀਂ ਹੈ ਜੇ ਲੋਕਾਂ ਦੇ ਦਿਲਾਂ 'ਚ ਵੀ ਨਫ਼ਰਤ ਪੈਦਾ ਹੋ ਗਈ ਹੁੰਦੀ ਤਾਂ ਕੱਲ੍ਹ ਜਿਹੜੀ ਇੱਥੇ ਚੰਡੀਗੜ੍ਹ ਦੀ ਮਸਜਿਦ 20 ਸੈਕਟਰ ਦੀ ਸੀ ਉਹਦੇ 'ਚ ਸਿੱਖ ਵਕੀਲ ਇੰਟਲੈਕਚੁਅਲ ਮੁਸਲਮਾਨ ਹਿੰਦੂ ਸਾਰੇ ਕਿਸਮ ਦੇ ਲੋਕ ਲੈਫਟ ਪਾਰਟੀਆਂ ਸਾਰੀਆਂ ਮਤਲਬ ਦੇਖੋ ਲੈਫਟ ਪਾਰਟੀਆਂ ਆਪਣੇ ਆਪ ਨੂੰ ਧਰਮ ਤੋਂ ਅਲੱਗ ਕਰਕੇ ਦੇਖਦੀਆਂ ਜਦੋਂ ਉਹਨਾਂ ਨੂੰ ਲੱਗਾ ਕਿ ਭੀੜ ਬਣੀ ਆ ਤਾਂ ਉਹ ਵੀ ਉਹਨਾਂ ਨੇ ਆਪਣਾ ਅਲੱਗ ਨਜ਼ਾਰਾ ਮਤਲਬ ਜ਼ਮੀਨ 'ਤੇ ਹਿੰਦੂ ਮੁਸਲਮਾਨ ਜ਼ਮੀਨ 'ਤੇ ਹਿੰਦੂ ਬਿਲਕੁਲ ਇੱਕ ਇਹ ਵਾਲੀ ਸਿਆਸਤ ਨਹੀਂ ਹੈਗੀ ਜ਼ਮੀਨ ਨਹੀਂ ਹੈਗੀ ਅਜੇ ਤੇ ਇਹ ਭਾਈਚਾਰਾ ਹੈ ਕਮਿਊਨਲ ਏਜੰਡੇ ਦੀ ਅਜੇ ਸ਼ੁਰੂਆਤ ਹੈ ਇਸੇ ਕਰਕੇ ਅਕਾਲੀ ਪਾਰਟੀ ਦਾ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਮਤਲਬ ਅਕਾਲੀ ਦਲ ਜਿਹੜੀ ਜਾਣੀ ਸ਼੍ਰੋਮਣੀ ਪਾਰਟੀ ਕਹਿ ਲਓ ਪੰਜਾਬ ਦੀ ਉਸ ਦਾ ਬਹੁਤ ਅਹਿਮ ਭੂਮਿਕਾ ਅਤੇ ਜ਼ਿੰਮੇਵਾਰੀ ਹੈ ਇਹਨਾਂ ਨੂੰ ਜਿੰਨਾ ਛੇਤੀ ਤੋਂ ਛੇਤੀ ਇਹ ਮੈਦਾਨ ਵਿੱਚ ਉੱਤਰ ਆਉਣਗੇ ਓਨਾ ਹੀ ਪੰਜਾਬ ਦਾ ਫਾਇਦਾ ਚੰਦਰ ਬਰਾੜ ਮੈਂ ਇੱਕ ਮਿੰਟ ਸੁਖਵਿੰਦਰ ਸਿੰਘ ਚੰਦਰ ਬਰਾੜ ਇੱਕ ਬਹੁਤ ਗੰਭੀਰ ਸਵਾਲ ਹੈਗਾ ਇੱਥੇ ਰੋਜ਼ ਮੈਂ ਬੜੇ ਤਿੱਖੇ ਸਵਾਲ ਕਰਦਾ ਹੈਗਾ ਪਰ ਮੈਂ ਚਾਹੁੰਦਾ ਕਿ ਇਸ ਮੰਚ ਤੋਂ ਜਾਂ ਪੰਜਾਬ ਦੇ ਲੋਕਾਂ ਜਿਹੜੀ ਆਵਾਜ਼ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਬੈਠ ਕੇ ਮੰਥਨ ਕਰੇ ਸੁਣੇ ਆਪਦੇ ਫੈਸਲੇ 'ਤੇ ਵਿਚਾਰ ਕਰੇ ਜੋ ਜਸਦਾਰ ਸਾਹਿਬ ਨੇ ਵੀ ਬਿਆਨ ਦਿੱਤਾ ਹੈਗਾ ਜਸਦਾਰ ਸਾਹਿਬ ਦੀ ਵੀ ਤੁਸੀਂ ਸੁਣਦੇ ਹੋ ਲੌਂਗੋਵਾਲ ਜੀ ਦਾ ਵੀ ਆਇਆ ਸ਼੍ਰੋਮਣੀ ਕਮੇਟੀ ਨੇ ਵੀ ਬਿਆਨ ਦਿੱਤਾ ਹੈਗਾ ਤੁਸੀਂ ਖੁਦ ਵੀ ਬਿਆਨ ਦੇ ਰਹੇ ਹੈਗੇ ਤੁਸੀਂ ਵੋਟ ਪਾਤੀ ਚਲੋ ਉਸ ਤੋਂ ਬਾਅਦ ਅੱਗੇ ਸੋਚਣ ਦੀ ਜ਼ਰੂਰਤ ਹੈਗੀ ਹੈ ਤੁਸੀਂ ਦੁਬਾਰਾ ਮੰਥਨ ਕਰ ਸਕਦੇ ਹੋ ਮੈਂ ਇੱਕ ਬੇਨਤੀ ਕਰਦੇ ਹਾਂ ਮੈਂ ਤੁਹਾਨੂੰ ਬੜਾ ਕੇਬੀ ਜੀ ਬੜੇ ਦਾਅਵੇ ਨਾਲ ਕਹਿ ਰਹੇ ਔਰ ਜ਼ਿੰਮੇਵਾਰੀ ਨਾਲ ਕਹਿਣਾ ਅਗਰ ਮੁਸਲਮਾਨ ਭਰਾਵਾਂ ਨੂੰ ਜਿਹੜੇ ਬੈਠੇ ਆ ਜੇ ਉਹਨਾਂ ਨਾਲ ਡਿਸਕ੍ਰੀਮੀਨੇਸ਼ਨ ਹੋਊਗੀ ਉਹਨਾਂ ਨੂੰ ਨਹੀਂ ਮਿਲੂਗੀ ਅਸੀਂ ਫਾਈਟ ਕਰਾਂਗੇ ਠੀਕ ਹੈ ਹਾਂ ਸੁਖਵਿੰਦਰ ਸਿੰਘ ਮੈਂ ਪਹਿਲਾਂ ਬਰਾੜ ਸਾਹਿਬ ਦੀ ਗੱਲ ਨੂੰ ਇੱਕ ਸਹੀ ਕਰਦਾ ਕਿ ਕਹਿੰਦੇ ਸੋਈ ਜਿੱਤੀ ਆ ਮੁਬਾਰਕਾਂ ਨੇ ਤੁਹਾਨੂੰ ਸੋਈ ਜਿੱਤੀ ਆ ਅਸੀਂ ਸੋਈ ਦੇ ਨਾਲ ਜਾਂ ਤੁਹਾਡੇ ਨਾਲ ਸਾਡਾ ਕੋਈ ਇਹੋ ਜਿਹਾ ਵੈਰ ਵਿਰੋਧ ਨਹੀਂ ਆ ਅਸੀਂ ਸੱਥ ਇੱਕ ਤੁਹਾਤੋਂ ਵੀ ਬਾਕੀ ਸਾਰੀਆਂ ਪਾਰਟੀਆਂ ਤੋਂ ਵੱਖਰੀ ਪਾਰਟੀ 'ਤੇ ਅਸੀਂ ਚੋਣਾਂ ਨਹੀਂ ਲੜੀਆਂ ਸੀ ਮੈਂ ਤੁਹਾਨੂੰ ਇਹ ਸਾਫ਼ ਕਰਦਾ ਅਸੀਂ ਚੋਣਾਂ ਨਹੀਂ ਲੜੀਆਂ ਸੀ ਸੋਈ ਜਿੱਤ ਗਈ ਤੁਹਾਨੂੰ ਉਹਦੀਆਂ ਮੁਬਾਰਕਾਂ ਨੇ ਅਤੇ ਦੂਜੀ ਗੱਲ ਜਿਹੜੀ ਸਾਡੇ ਦੇ ਮਤਲਬ ਲੈ ਕੇ ਆ ਰਹੇ ਹੋ ਦੇਖੋ ਸਿੱਖਾਂ ਦਾ ਜਿਹੜਾ ਸਟੈਂਡ ਆ ਮਤਲਬ ਕਲੀਅਰ ਆ ਅਸੀਂ ਤਾਂ ਜਿਹੜਾ ਸੰਵਿਧਾਨਕ ਲੜਾਈ ਜਿਹੜੀ ਇਹ ਕਹਿ ਰਹੇ ਸਾਡੀ ਉਹ ਵੀ ਲੜਾਈ ਨਹੀਂ ਹੈ ਸੰਵਿਧਾਨਕ ਲੜਾਈ ਤਾਂ ਸਾਡੀ 47 'ਚ ਖਤਮ ਹੋ ਗਈ ਸੀ ਜਦੋਂ ਤੋਂ ਸਾਨੂੰ ਸਾਡੀ ਹੋਂਦ ਨੂੰ ਹੀ ਨਹੀਂ ਮੰਨਿਆ ਗਿਆ ਅਤੇ ਸਾਡੇ ਲਈ ਕਸੂਰਵਾਰ ਜਿਹੜਾ ਅੱਜ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਜਿੱਥੇ ਪਹੁੰਚੀ ਆ ਸਾਡੇ ਨੌਜਵਾਨਾਂ ਦੇ ਲਈ ਕਸੂਰਵਾਰ ਕਾਂਗਰਸ ਵੀ ਉਹਦੇ ਲਈ ਉੱਨੀ ਆ ਭਾਜਪਾ ਵੀ ਉਹਦੇ ਲਈ ਉੱਨੀ ਆ ਕਾਂਗਰਸ ਨੇ ਜੇ ਸਿੱਖਾਂ ਦਾ ਕਤਲੇਆਮ ਕੀਤਾ ਭਾਜਪਾ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਦੋਵਾਂ ਦੀ ਜਿਹੜੇ ਹੱਥ ਨੇ ਉਹ ਘੱਟ ਗਿਣਤੀਆਂ ਦੇ ਖੂਨ 'ਚ ਰੰਗੇ ਹੋਏ ਆ ਸਾਨੂੰ ਜਿਹੜਾ ਸ਼ਿਕਵਾ ਆ ਸ਼੍ਰੋਮਣੀ ਅਕਾਲੀ ਦਲ
ਸਾਡੇ ਜਿੰਨੇ ਅੱਜ ਪੰਜਾਬ ਦਾ ਸਿੱਖ ਨੌਜਵਾਨ ਆ ਉਹਦੇ ਬਜ਼ੁਰਗ ਦੇ ਖੂਨ ਨਾਲ ਸਿੰਜੀ ਹੋਈ ਪਾਰਟੀ ਆ। ਅਸੀਂ ਤਾਂ ਕਰਕੇ ਤੁਹਾਡੇ 'ਤੇ ਸਵਾਲ ਵੀ ਕਰਾਂਗੇ, ਤੁਹਾਨੂੰ ਗੱਲਾਂ ਔਖੀਆਂ ਵੀ ਲੱਗ ਸਕਦੀਆਂ ਨੇ ਉਹ, ਪਰ ਇਹ ਪਾਰਟੀ ਨੂੰ ਹੀ ਤੁਹਾਨੂੰ ਚਾਹੁੰਦੇ ਹਾਂ ਵੀ ਤੁਸੀਂ ਜਿਹੜਾ ਸਿੱਖਾਂ ਦਾ ਸਟੈਂਡ ਆ ਉਹਨੂੰ ਸਹੀ ਲਵੋ, ਤੁਸੀਂ ਜਿਹੜਾ ਮਤਲਬ ਗੁਰੂ ਸਿਧਾਂਤ ਅਨੁਸਾਰ ਫੈਸਲੇ ਲਵੋ, ਕਿਸੇ ਵੀ ਹੋਰ ਰਾਜਨੀਤਿਕ ਜਿਹੜੀ ਲਾਲਸਾ ਆ ਉਹਦੇ ਨਾਲ ਫੈਸਲੇ ਨਾ ਲਵੋ। ਇਹ ਤੁਹਾਨੂੰ ਸਵਾਲ ਪੰਜਾਬ ਕਰੂੰਗਾ ਹੀ, ਅਤੇ ਪੰਜਾਬ ਦਾ ਹੱਕ ਹੈ ਉਹ ਕਰਨ ਦਾ। ਚੰਦ ਜੀ ਬਰਾੜੇ, ਬਹੁਤ ਗੰਭੀਰ ਸਵਾਲ ਹੈਗਾ, ਮੈਂ ਉਹੀ ਇਹੀ ਸਵਾਲ ਕੀਤਾ ਸੀ, ਉਸ ਸਵਾਲ ਨੂੰ ਸੁਖਵਿੰਦਰ ਸਿੰਘ ਨੇ ਅੱਗੇ ਵਧਾਇਆ। ਚੰਦ ਜੀ ਬਰਾੜ, ਤੁਸੀਂ ਠੀਕ ਹੈ, ਤੁਹਾਡੀ ਪੋਲੀਟੀਕਲ ਅਲਾਇੰਸ ਹੈਗਾ, ਤੁਸੀਂ ਸਾਰਾ ਕੁਛ ਉਹ ਕਰਨਾ ਹੈਗਾ ਜੋ ਤੁਹਾਨੂੰ ਪੋਲੀਟੀਕਲ ਚੀਜ਼ਾਂ ਚਾਹੀਦੀਆਂ ਹੈਗੀਆਂ। ਸਵਾਲ ਹੈਗਾ ਬਰਾੜ ਸਾਹਿਬ, ਪੰਜਾਬ ਦੀ ਆਵਾਜ਼ ਤਾਂ ਸੁਣ ਸਕਦਾ ਅਕਾਲੀ ਦਲ ਕਿ ਨਹੀਂ ਸੁਣਨੀ? ਮੈਂ ਇੱਕ ਬੇਨਤੀ ਕਰਦਾ, ਪਹਿਲੀ ਗੱਲ ਕਿ ਪੰਜਾਬ ਦੇ ਵਿੱਚ ਕੋਈ ਕੇਸ ਦੀ ਡਿਸਕ੍ਰਿਮੀਨੇਸ਼ਨ ਹੋਈ ਸਾਡੀ ਜ਼ਿੰਮੇਵਾਰੀ ਹੈ। ਪਹਿਲੀ ਗੱਲ ਤਾਂ ਪੰਜਾਬ 'ਚ ਮੇਰੇ ਖਿਆਲ ਕੇਸ ਹੈ ਨਹੀਂ ਕੋਈ, ਇੱਕ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਿਆ, ਦੁਬਾਰੇ ਕਹੂੰਗਾ। ਔਰ ਮੇਰੇ ਚਲੋ ਇਹਨਾਂ ਨੇ ਬੜੇ ਰਿਫਾਈਂਡ ਸ਼ਬਦਾਂ 'ਚ ਹੁਣ ਇਹ ਗੱਲ ਦਾ ਸਾਨੂੰ ਉਲਾਂਭਾ ਵੀ ਦਿੱਤਾ ਔਰ ਯਾਦ ਵੀ ਕਰਾਇਆ। ਮੈਂ ਦਾਅਵੇ ਨਾਲ ਕਹਿਣਾ ਕਿ ਜੋ ਕੋਈ ਵੀ ਸੁਝਾਅ ਹੋਊਗਾ, ਜੋ ਕੁਛ ਵੀ ਕਰਨ ਵਾਲਾ ਹੋਊਗਾ, ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਲੜੂਗਾ। ਸੁਖਬੀਰ ਸਿੰਘ ਬਾਦਲ ਨੂੰ ਇਹ ਕਿਉਂ ਕਹਿਣਾ ਪੈ ਰਿਹਾ ਕਿ ਡੇਢ ਸਾਲ ਬਾਅਦ ਸਾਡੀ ਸਰਕਾਰ ਆ ਰਹੀ ਹੈ ਉਦੋਂ ਐਕਟ ਲਾਗੂ ਕਰ ਦਿਆਂਗੇ? ਇਹਦਾ ਮਤਲਬ ਕੀ ਹੈ? ਅਗਰ ਉਹਦੇ 'ਚ ਕਾਰਨ ਇੱਕ ਹੀ ਹੈ ਵੀ ਜੇ ਕੋਈ ਮੰਨ ਲਓ ਪੰਜਾਬ ਦੇ ਵਿੱਚ ਕੇਸ ਐਸੇ ਹੋਣ ਅਤੇ ਜੇ ਮੌਕੇ ਦੀ ਸਰਕਾਰ ਕਹੇ ਕਿ ਅਸੀਂ ਇਹਨੂੰ ਡੀਲ ਨਹੀਂ ਕਰਨਾ, ਤਾਂ ਫਿਰ ਕੁਦਰਤੀ ਗੱਲ ਹੈ ਨਾ, ਪੰਜਾਬ ਦੇ ਵਿੱਚ ਹੁਣ ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਕਿ ਕਿਸੇ ਪੰਜਾਬ ਸਰਕਾਰ, ਪੰਜਾਬ ਸਰਕਾਰ ਇੰਨੀ ਸਮਰੱਥ ਹੈਗੀ ਹੈ ਕਿ ਇਸ ਮੁੱਦੇ ਨੂੰ ਡੀਰੇਲ ਕਰ ਸਕੇ? ਨਹੀਂ, ਇਕੱਲਾ ਡੀਰੇਲ ਘੱਟੋ ਘੱਟ ਜਿਹਦੇ ਥਰੂ ਕੇਸ ਪਾਸ ਹੋਣਾ, ਆਫਟਰ ਆਲ ਤਾਂ ਸਰਕਾਰ ਦੇ ਥਰੂ ਹੀ ਹੋਣਾ ਨਾ, ਤਾਂ ਡੀਰੇਲ ਤਾਂ ਕਰ ਸਕਦੀ ਹੈ, ਡੀਰੇਲ ਕਰ ਸਕਦੀ ਹੈ। ਔਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜੇ ਵਿਰੋਧ ਤਾਂ ਜਿਤਾਉਣੀ ਹੈ, ਘੱਟੋ ਘੱਟ ਜਿਹੜੇ ਹੈਗੇ ਆ ਉਹਨਾਂ ਦਾ ਡੀਰੇਲ ਨਾ ਕਰਨ ਜਿਹੜੇ ਵੀ ਬੈਠੇ ਹੈਗੇ ਆ। ਗੁਰਮਨੀਤ ਮਾਂਗੜ, ਲਾਸਟ ਮਿੰਟ ਤੁਹਾਡਾ ਚਾਹੀਦਾ। ਗੁਰਮਨੀਤ ਮਾਂਗੜ, ਤੁਸੀਂ ਠੀਕ ਹੈ, ਤੁਸੀਂ ਕੇਂਦਰ ਸਰਕਾਰ ਦੇ ਕਾਨੂੰਨ ਦਾ ਵਿਰੋਧ ਕਰਦੇ ਹੋ, ਪਰ ਜਿਹੜੇ ਇੱਥੇ ਹੋਰ ਸ਼ਰਨਾਰਥੀ ਬੈਠੇ ਹੋਏ ਆ ਉਹ ਤੁਹਾਡਾ ਵਿਰੋਧ ਕਰਦੇ ਪਏ ਹੈਗੇ ਆ, ਤੁਸੀਂ ਹੁਣ ਕਿੱਥੇ ਜਾ ਕੇ ਸਟੈਂਡ ਕਰਦੇ ਹੋ? ਦੇਖੋ ਕੇਪੀ ਜੀ, ਕਿਉਂਕਿ ਅਕਾਲੀ ਦਲ ਇਹ ਕਹਿ ਰਿਹਾ ਹੈਗਾ ਤੁਸੀਂ ਸਿੱਖ ਵਿਰੋਧੀ ਮਾਨਸਿਕਤਾ ਤੁਹਾਡੀ। ਦੇਖੋ ਇਹ ਇਹਨਾਂ ਦਾ ਏਜੰਡਾ ਹੈ ਜੀ, ਇਹ ਜੇ ਜੇ ਇੱਦਾਂ ਦੀ ਗੱਲ ਹੁੰਦੀ ਤਾਂ ਪੰਜਾਬ ਦੇ ਵਿੱਚ 84 ਤੋਂ ਬਾਅਦ ਕਦੀ ਸਰਕਾਰ ਨਹੀਂ ਆਉਂਦੀ ਕਾਂਗਰਸ ਦੀ। ਲੈਟ ਮੀ ਪੁੱਟ ਸਰਟਨ ਥਿੰਗਸ ਇਨ ਕਲੀਅਰ ਉਹਦੇ ਵਿੱਚ। ਦੂਜੀ ਗੱਲ, ਦੂਜੀ ਗੱਲ ਉਹਨੂੰ ਇਹ ਨਾ ਮੰਨੋ ਕਿ ਸਿੱਖਣ ਤੁਹਾਨੂੰ ਮਾਫ ਕਰਤਾ ਆ, ਇਹ ਤੁਸੀਂ ਗਲਤ ਪਾਸੇ ਨੂੰ ਲੈ ਕੇ ਜਾ ਰਹੇ ਹੋ। ਗੱਲ ਮੁੱਦੇ ਤੇ ਗੱਲ ਕਰੋ, ਮੇਰੀ ਗੱਲ ਸੁਣੋ, ਕੋਈ ਮਾਫ ਨਹੀਂ ਕੀਤਾ ਹੈਗਾ, ਨੌਜਵਾਨ ਸਹੀ ਕਹਿ ਰਿਹਾ। ਨਹੀਂ, ਮੇਰੀ ਗੱਲ ਸੁਣੋ ਸੁਖਵਿੰਦਰ ਜੀ, ਉਹ ਵੀ ਗੱਲ ਸਹੀ ਹੈ, ਜੇ ਨਹੀਂ ਮਾਫ਼ ਕੀਤਾ ਬਿਲਕੁਲ ਤੁਹਾਡਾ ਹੱਕ ਹੈ, ਮੇਰਾ ਵੀ ਹੱਕ ਹੈ, ਠੀਕ ਹੈ, ਸਾਰਿਆਂ ਦੇ ਨਾਲ ਬੱਤਰੇ ਉਹ ਮਤਲਬ ਉਹ ਹੋਇਆ ਹੈ। ਲੇਕਿਨ ਮੇਰਾ ਬਰਾੜ ਸਾਹਿਬ ਤੋਂ ਮਤਲਬ ਇਹਨਾਂ ਨੇ ਜਿਹੜਾ ਇਹਨਾਂ ਹੁਣੀ ਸਟੇਟਮੈਂਟ ਦਿੱਤੀ, ਬੜਾ ਹੀ ਚਲੋ ਅੱਛੀ ਸਟੇਟਮੈਂਟ ਦਿੱਤੀ ਹੈ, ਪਰ ਮੇਰਾ ਇਹਨਾਂ ਨੂੰ ਇੱਕ ਸਵਾਲ ਹੈ ਕਿ ਕੀ ਇਹ ਪੂਰੇ ਦੇਸ਼ ਦੇ ਵਿੱਚ NRC ਜਿਹੜਾ ਕਰ ਰਹੇ ਹੈ ਉਹਦੇ ਫੇਵਰ ਦੇ ਵਿੱਚ ਨੇ? ਜਦੋਂ NRC ਆਊਗਾ ਉਦੋਂ ਦੇਖ ਲਾਂਗੇ, ਤੁਸੀਂ ਬਿਆਨ ਦੇ ਦਿਓ ਨਾ ਵੀ ਅਸੀਂ ਇਸ ਐਕਟ ਨੂੰ ਤੋੜਾਂਗੇ ਤੇ ਜਿਹੜੇ ਉਹ ਦੂਜਿਆਂ ਲਈ ਕਰਾਂਗੇ, ਤੁਸੀਂ ਵੀ ਬਿਆਨ ਦੇ ਦਿਓ। ਇਸ ਗੱਲ 'ਚ ਕਿਉਂ ਪੈਨੇ ਆ? ਅਸੀਂ ਤਾਂ ਅਪੋਜ਼ ਹੀ ਕਰਦੇ ਆ ਬਰਾੜ ਸਾਹਿਬ, ਅੱਜ CA ਤੇ ਗੱਲ ਹੋ ਰਹੀ ਆ, ਆਪਾਂ ਦੂਜੇ ਤੇ ਬਾਅਦ 'ਚ ਗੱਲ ਕਰ ਲਿਆ। ਇਹਨੂੰ ਤੁਸੀਂ ਨਾਲ, ਤੁਸੀਂ ਦੇਖੋ, ਤੁਸੀਂ ਸਟੇਟਮੈਂਟ ਦਿੱਤੀ ਵੀ ਜੇ ਮੁਸਲਮਾਨ ਭਾਈਚਾਰੇ ਨਾਲ ਕੋਈ ਵਤਰਾ ਹੋਇਆ ਤਾਂ ਵੇਖਾਂਗੇ ਨਹੀਂ ਉਹਨਾਂ ਨੂੰ, ਉਹਨਾਂ ਦਾ ਜੇ ਹੋਇਆ ਹੱਕ ਦੇਣ ਲਈ ਕਰਾਂਗੇ। ਦਿਸ ਇਜ਼ ਵਾਟ ਯੂ ਸੈਡ, ਦਿਸ ਇਜ਼ ਵਾਟ ਯੂ ਸੈਡ। ਸਵਾਲ ਪੂਰਾ ਸਵਾਲ ਮੈਂ ਬਰਾੜ ਸਾਹਿਬ ਨੂੰ ਥੋੜਾ ਜਿਹਾ ਪੁੱਛ ਲਓ। ਗੱਲ ਇਹ ਹੈ ਜੀ, ਜਿਹੜਾ ਇਹ NRC ਹੈ ਨਾ ਜੀ, ਤੁਸੀਂ ਇਹ ਮੰਨਣ ਨੂੰ ਤਿਆਰ ਨਹੀਂ ਜੇ ਤੁਸੀਂ NRC ਨੂੰ ਦੇਖ ਕੇ ਚੱਲੋ ਤੇ ਕੱਲ ਨੂੰ ਸਿੱਖਾਂ ਤੇ ਵੀ ਖਤਰਾ ਹੋ ਸਕਦਾ। ਸਵਾਲ ਇਹ ਹੈਗਾ ਕਿ ਤੁਸੀਂ ਮੁਸਲਿਮ ਭਾਈਚਾਰਾ ਪੂਰੇ ਦੇਸ਼ ਵਿੱਚ ਜਿੱਥੇ ਵਸਦਾ ਉਹਨਾਂ ਨਾਲ ਖੜੋਗੇ ਕਿ ਕੱਲੇ ਪੰਜਾਬ ਵਾਲੇ ਦੀ ਗੱਲ? ਸਾਰਿਆਂ ਨਾਲ ਖੜਾਂਗੇ ਸਰ, ਭਾਵੇਂ ਉਹ ਆਸਾਮ 'ਚ ਹੋਵੇ, ਚਾਹੇ ਬੰਗਾਲ 'ਚ ਹੋਵੇ, ਕਿਤੇ ਹੋਵੇ, ਚਾਹੇ ਉਹ ਕਸ਼ਮੀਰ 'ਚ ਵੀ ਹੋਵੇ। ਮੇਰੀ ਬੇਨਤੀ ਹੈ ਕਿ ਕਿਤੇ ਹੋਵੇ ਜੇ ਇਸ, ਕਿਉਂਕਿ ਪਹਿਲਾਂ ਵਾਲਾ ਲਾਅ ਕੋਈ ਖਤਮ ਨਹੀਂ ਹੋਇਆ, ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦਾ, ਪਹਿਲਾਂ ਵਾਲਾ ਲਾਅ ਸਟੈਂਡ ਕਰਦਾ ਇਹ 6 ਸਾਲ ਦੀ ਕੰਡੀਸ਼ਨ ਇਹਨਾਂ ਜਾਤਾਂ ਧਰਮਾਂ ਲਈ ਕਰਤੀ ਹੈ, ਔਰ ਪਹਿਲਾਂ ਵਾਲਾ ਲਾਅ ਸਟੈਂਡ ਕਰਦਾ ਅੱਜ ਵੀ, ਜਿਹੜਾ ਕਾਂਗਰਸ ਵੇਲੇ ਸੀਗਾ ਨਾ, ਜਿਹੜੇ ਜ਼ਿਆਦਾ ਰੌਲਾ ਪਾ ਰਿਹਾ ਉਹ ਸਟੈਂਡ ਕਰਦਾ। ਅਗਰ ਉਹਨਾਂ ਨਾਲ ਕਿਸੇ ਕਿਸਮ ਦਾ ਧੱਕਾ ਹੋਊਗਾ ਤਾਂ ਸਾਡੀ ਹਮੇਸ਼ਾ ਉਹਨਾਂ ਨਾਲ ਹਮਦਰਦੀ ਹੋ ਕੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਜਿਵੇਂ ਹੁਣ ਤੱਕ ਅਫਗਾਨਿਸਤਾਨ। ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਕਿ ਅਕਾਲੀ ਦਲ ਦੇ ਪ੍ਰਵਕਤਾ ਨੇ ਉਹ ਬੜਕ ਮਾਰੀ ਆ, ਭਾਵੇਂ ਹੁਣ ਪਤਾ ਨਹੀਂ ਕੱਲ੍ਹ ਪਾਰਟੀ ਵਿੱਚ ਸ਼ਾਇਦ ਇਸ ਗੱਲ ਦੀ ਕੋਈ ਗੱਲ ਚਰਚਾ ਚੱਲੇ ਕਿ ਅਸੀਂ ਜ਼ਰੂਰ ਖੜਾਂਗੇ। ਠੀਕ ਹੈ, ਇਹ ਘੱਟੋ ਘੱਟ ਇੰਨੀ ਉਮੀਦ ਤਾਂ ਇਹਨਾਂ ਨੇ ਲੋਕਾਂ ਨੂੰ ਬਣਾਈ ਆ, ਔਰ ਇਹਨਾਂ ਦੇ ਅੰਦਰ ਅਜੇ ਕੌਂਸ਼ੀਅਸਨੈਸ ਜਿਹੜੀ ਆ ਉਹ ਜਾਗਰਤ ਹੈਗੀ ਹੈ, ਬੜੀ ਚੰਗੀ ਗੱਲ ਹੈਗੀ ਆ, ਇਹਨਾਂ ਕਮਾਨਦਾਰੀ ਚਾਹੀਦੀ ਵੀ ਆ। ਜਿੱਥੋਂ ਤੱਕ NRC ਆ, ਉਹ ਜਿਹੜਾ ਲੋਕਾਂ ਦਾ, ਦੇਖੋ ਅਜੇ ਵੀ ਸਾਡੀ ਜਮਹੂਰੀਅਤ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ, ਜਿੰਨਾ ਮਰਜ਼ੀ ਕੋਈ ਫਾਸਿਸਟ ਜਾਂ ਧਾਰਮਿਕ ਜਾਂ ਇਸ ਕਿਸਮ ਦਾ ਏਜੰਡਾ ਲੈ ਕੇ ਆ ਜਾਏ, ਸ਼ੋਵਿਨਿਸਟ ਏਜੰਡਾ ਲੈ ਕੇ ਆ ਜਾਏ ਧਰਮ ਦੇ ਨਾਂ 'ਤੇ, ਅਜੇ ਵੀ ਲੋਕ ਬਹੁਤ ਜੁੜੇ ਆ। ਐਡਾ ਵੱਡਾ ਵਾਵ ਰੋਲਾ ਅਤੇ ਪ੍ਰੈਸ਼ਰ, ਸਾਰੀ ਜਗ੍ਹਾ ਦੇਖੋ ਸਾਰਿਆਂ ਦਾ ਭਾਈਚਾਰਾ ਤੁਹਾਨੂੰ ਸਾਹਮਣੇ ਨਜ਼ਰ ਆਇਆ।
ਜਿਹੜੇ ਅਲੀਗੜ੍ਹ ਜਿਹੜੇ ਸੋਰੀ ਜਿਹੜੀ ਜਾਮੀਆ ਮਿਲੀਆ ਇਸਲਾਮੀਆ ਜਿਹੜੀ ਯੂਨੀਵਰਸਿਟੀ ਸੀ ਉਹਦੇ ਬੱਚਿਆਂ ਨੂੰ ਦੇਖ ਕੇ ਸਾਰੇ ਦੇਸ਼ ਦੇ ਵਿੱਚ ਵਿਰੋਧ ਹੋਇਆ, ਸਾਰੇ ਹਿੰਦੂਆਂ ਬੱਚਿਆਂ ਨੇ ਵਿਰੋਧ ਕੀਤੇ ਆ। ਇਸ ਕਰਕੇ ਇੱਕ ਚੰਗੀ ਗੱਲ ਹੈ ਕਿ ਸਾਡੇ ਅਜੇ ਜ਼ਮੀਨ ਬਿਲਕੁਲ ਡੈਮੋਕ੍ਰੇਸੀ ਦੀ ਵੀ ਜੜ ਇੰਨੀ ਡੂੰਘੀ ਆ ਕਿ ਸੱਤਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਇਨਕਲੂਡਿੰਗ ਜਿਹੜੇ ਭਾਈਵਾਲ ਆ ਜਾਂ ਸਪੋਰਟਰ ਹੈਗੇ ਆ NDA ਦੇ, JDU ਨੇ ਕਹਿਤਾ ਕਿ ਅਸੀਂ NRC ਆਪਣੇ ਨਹੀਂ ਬਣ ਦਿਆਂਗੇ, ਉੜੀਸਾ ਨੇ ਕਹਿਤਾ, ਰਾਜਸਥਾਨ ਨੇ ਕਹਿਤਾ, ਛੱਤੀਸਗੜ੍ਹ ਨੇ ਕਹਿਤਾ, ਪੰਜਾਬ ਨੇ ਕਹਿਤਾ, ਵੈਸਟ ਬੰਗਾਲ ਨੇ ਕਹਿਤਾ, ਕੇਰਲਾ ਨੇ ਕਹਿਤਾ, ਉਹਦੇ 'ਚ ਲੈਫਟ ਵੀ ਆ, ਇੰਡੀਪੈਂਡੈਂਟ ਵੀ ਆ, ਭਾਈਵਾਲ ਵੀ ਹੈਗੇ ਆ, ਕਿ NRC ਜਦੋਂ CAA ਦੇ ਨਾਲ ਮਿਲਾ ਕੇ ਦੇਖੋਗੇ ਇਹ ਬਹੁਤ ਹੀ ਇੱਕ ਨਵੀਂ ਕਿਸਮ ਦੀ ਭਿਆਨਕ ਲੋਕਾਂ ਦੇ ਵਿੱਚ ਫਾੜਾ ਪਾਉਣ ਲਈ ਔਰ ਇੱਕ ਨਵੇਂ ਕਿਸਮ ਦੇ ਜਿਹੜੇ ਰਿਫਿਊਜੀ ਕੈਂਪ ਬੇਦੋਸ਼ਾਂ ਦੇ ਜਿਹੜੇ ਖਾਨਾ ਬਦੋਸ਼ਾਂ ਦੇ ਪੈਦਾ ਹੋ ਜਾਣਗੇ ਸਾਰੇ ਦੇਸ਼ ਦੇ ਅੰਦਰ। ਔਰ ਹੋਮ ਮਿਨਿਸਟਰੀ ਇਸ ਗੱਲ ਦੀ ਪਹਿਲਾਂ ਹੀ ਥੋੜ੍ਹੇ ਥੋੜ੍ਹੇ ਲੋਕਾਂ ਨੂੰ ਕਹਿ ਰਹੀ ਆ ਸਟੇਟਾਂ ਨੂੰ ਕਿ ਤੁਸੀਂ ਇਹੋ ਜਿਹੀ ਜਗ੍ਹਾ ਰੱਖੋ ਜਿੱਥੇ ਸਾਨੂੰ ਇਹ ਬੰਦੇ ਇਕੱਠੇ ਕਰਕੇ ਭੇਜਣੇ ਪੈਣਗੇ, ਇੱਕ ਸਰਕੂਲਰ ਨਿਕਲਿਆ ਹੋਮ ਮਿਨਿਸਟਰੀ ਵੱਲੋਂ। ਇਸ ਕਰਕੇ ਇਹ ਬੜੀਆਂ ਭਿਆਨਕ ਚਾਲਾਂ ਹੈਗੀਆਂ ਆ। ਚੰਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਵੀਰ ਸਾਰੇ ਇਸ ਗੱਲ ਨੂੰ ਸਮਝਦੇ ਆ ਔਰ ਲੋਕਾਂ ਨੂੰ ਵੀ ਇਸ ਗੱਲ ਦੀ ਮੈਂ ਵਧਾਈ ਦੇਣਾ ਜਿਹੜੇ ਅੱਜ ਤੱਕ ਲੜ ਰਹੇ ਔਰ ਅਗਾਂਹ ਵੀ ਉਹ ਲੜਨਗੇ ਕਿ ਇਕੱਲੀ ਤੋਂ ਇਕੱਲੀ ਬਾਅਦ ਜਿਹੜੀ ਸੂਬਿਆਂ ਦੀਆਂ ਸਰਕਾਰਾਂ ਉਸ ਗੱਲ ਨੂੰ ਨਾ ਕਰ ਰਹੀਆਂ। ਚਲੋ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ, ਚੰਨੀ ਸਿੰਘ ਬਰਾੜ ਤੁਹਾਡਾ ਬਹੁਤ ਧੰਨਵਾਦ, ਗੁਰਮਨੀਤ ਮਾਂਗੜ ਤੁਹਾਡਾ ਬਹੁਤ ਧੰਨਵਾਦ, ਸੁਖਵਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ। ਪੰਜਾਬ ਦੀਆਂ ਸੱਥਾਂ 'ਚੋਂ ਇੱਕ ਆਵਾਜ਼ ਉੱਠਦੀ ਪਈ ਹੈ, ਇਹ ਸ਼ਾਂਤੀ ਹੈ ਪਰ ਇਸ ਸ਼ਾਂਤੀ ਦੇ ਵਿੱਚ ਕ੍ਰਾਂਤੀ ਵੀ ਹੈਗੀ ਹੈ। ਇਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ, ਪੰਜਾਬ ਤੋਂ ਸੁਨੇਹਾ ਲੈਣ ਦੀ ਜ਼ਰੂਰਤ ਹੈਗੀ ਹੈ, ਪੰਜਾਬ ਤੋਂ ਸੇਧ ਲੈਣ ਦੀ ਜ਼ਰੂਰਤ ਹੈਗੀ ਹੈ ਕਿ ਪੰਜਾਬ ਜਿਹੜੀ ਦਿਸ਼ਾ ਤੈਅ ਕਰ ਰਿਹਾ ਹੈਗਾ ਉਸ ਨੂੰ ਸਮਝਣ ਦੀ ਵੀ ਜ਼ਰੂਰਤ ਹੈਗੀ ਹੈ। ਪਰ ਪੂਰੇ ਦੇਸ਼ ਦੇ ਵਿੱਚ ਜ਼ਮੀਨ ਦੇ ਉੱਤੇ ਭਾਈਚਾਰਕ ਸਾਂਝ ਹੈਗੀ ਹੈ, ਇਸ ਦੀਆਂ ਤਸਵੀਰਾਂ ਸਾਨੂੰ ਦਿਖਾਈ ਦੇ ਰਹੀਆਂ ਹੈਗੀਆਂ, ਪਰ ਇਸ ਰੂਸ ਮੁਜ਼ਾਹਰਿਆਂ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ, ਜਿਹੜੇ ਸ਼ਰਾਰਤੀ ਤੱਤ ਮੌਜੂਦ ਹੈਗੇ ਆ, ਉਹਨਾਂ ਨੂੰ ਤੁਸੀਂ ਸਾਰਿਆਂ ਨੇ ਦੌੜਾਉਣਾ ਅਤੇ ਭਜਾਉਣਾ ਹੈਗਾ। ਸਰਕਾਰਾਂ ਕਿੰਨਾ ਕੁਛ ਕਰ ਰਹੀਆਂ ਹੈਗੀਆਂ, ਸਰਕਾਰਾਂ ਦੇ ਨਾਲ ਨਾਲ ਜਿਹੜੇ ਸਿਆਸਤਦਾਨ ਹੋਰ ਹੈਗੇ ਆ, ਬਾਕੀ ਪਾਰਟੀਆਂ ਹੈਗੀਆਂ, ਉਹਨਾਂ ਨੇ ਸਭ ਕੁਛ ਸਿਆਸੀ ਚਸ਼ਮੇ ਨਾਲ ਦੇਖਣਾ ਹੈਗਾ। ਉਸ ਚਸ਼ਮੇ ਤੋਂ ਪਾਸੇ ਹੋ ਕੇ ਤੁਸੀਂ ਭਾਈਚਾਰਕ ਸਾਂਝ ਮਜ਼ਬੂਤ ਕਰਨੀ ਹੈਗੀ ਹੈ। ਹਿੰਸਾ ਨਾਲ ਕੋਈ ਫੈਸਲਾ ਨਹੀਂ ਹੋਣਾ ਗਾ, ਪਰ ਵਿਰੋਧ ਨਾਲ ਹੋ ਜਾਵੇਗਾ ਅਤੇ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ। CIA 'ਤੇ ਕੀ ਚਾਹੁੰਦਾ ਹੈ ਪੰਜਾਬ, ਅਸੀਂ ਸਵਾਲ ਕੀਤਾ ਸੀਗਾ, ਪੰਜਾਬ ਤਾਂ ਇਹ ਚਾਹੁੰਦਾ ਹੈਗਾ ਧਰਮ ਆਧਾਰਿਤ ਕੁਛ ਨਹੀਂ ਹੋਣਾ ਚਾਹੀਦਾ, ਜੋ ਬਾਬੇ ਨਾਨਕ ਦਾ ਫਲਸਫਾ ਹੈਗਾ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫਲਸਫਾ ਦਿੱਤਾ ਹੈਗਾ, ਸਰਬੱਤ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਪੰਜਾਬ 'ਚੋਂ ਇਹ ਆਵਾਜ਼ ਉੱਠਦੀ ਹੈ। ਸਵਾਲ ਇਹੀ ਛੱਡ ਕੇ ਜਾ ਰਹੇ ਹਾਂ, ਕੌਣ ਸੁਣੇਗਾ, ਕਿੱਥੋਂ ਤੱਕ ਸੁਣੇਗਾ ਅਤੇ ਇਸ ਸੁਣਨ ਵਾਲੇ 'ਤੇ ਅਸਰ ਕਿੰਨਾ ਹੋਵੇਗਾ। ਬਹੁਤ ਧੰਨਵਾਦ।